ਲੈ ਵੇ ਜੀ ਤੇਰਾ ਸੂਟ ਹੈਗਾ ਕੋ ਪ੍ਰੈਸ ਕਰਨ ਵਾਲਾ ਕਰਦਾ ਨਹੀਂ ਆ ਫਿਰ ਮੈਂ ਸੌਂ ਗਈ ਮੈਂ ਇੱਕ ਸੂਟ ਮੇਰਾ ਪ੍ਰੈਸ ਕਰ ਦੇ ਅੱਛਾ ਆ ਤੜਕੇ ਭੋਗ ਤੇ ਪਾ ਕੇ ਜਾਵਾਂਗੀ ਮੈਂ ਰਾਤ ਮੈਂ ਨੀਂਦ ਹੀ ਨਹੀਂ ਆਈ ਜਮੀ ਕਿਉਂ ਨੀਂਦ ਕਾ ਤੋਂ ਨਹੀਂ ਆਈ ਕੂਲਰ ਥੱਲੇ ਵੀ ਨਹੀਂ ਨੀਂਦ ਆਈ ਤੈਨੂੰ ਕੂਲਰ ਕਾਦਾ ਬੇਬੇ ਉਹ ਤਾਂ ਪੱਖੇ ਨਾਲ ਹੀ ਭੜਾ ਹੈ ਪਾਣੀ ਤਾਂ ਚ ਖੜਦਾ ਨਹੀਂ ਹੈਗਾ ਮੈਂ ਤਾਂ ਐ ਕਹਿੰਨੀ ਆ ਬੇਬੇ ਆਪਾਂ ਨਵਾਂ ਕੂਲਰ ਨਾ ਲੈ ਆਈਏ ਤੇ ਕੀ ਨਹੀਂ ਕੀ ਹੋਇਆ ਨਾ ਮੈਨੂੰ ਨਵਾਂ ਕੀ ਸਿਰ ਚ ਮਾਰਨਾ ਹੈ ਇਹ ਕਿੰਨਾ ਕੁ ਪੁਰਾਣਾ ਹੋ ਗਿਆ 10 ਸਾਲ ਹੋਏ ਨੇ ਆਏ ਨੂੰ ਮੈਨੂੰ ਲੈ ਬੇਬੇ 10 ਸਾਲ ਕੋਈ ਥੋੜੇ ਹੁੰਦੇ ਨੇ 10 ਸਾਲਾਂ ਤਾਂ ਬੰਦੇ ਨੂੰ ਜੰਗ ਲੱਗ ਜਾਂਦੀ ਹੈ ਇਹ ਤਾਂ ਫੇਰ ਵੀ ਲੋਹ ਹੈ ਜਰਾ ਪੈ ਜਮੀ ਲੈ ਜਰ ਨੂੰ ਕੀ ਹੁੰਦਾ ਹੈ 2 ਸਾਲ ਐਂ ਡੰਗਾ ਲਾ ਲੋ ਬੋਚ ਪਚਾ ਕੇ ਤੂੰ ਵੀ ਸਖਪਾਲ ਇਹਨੂੰ ਕਹੀ ਜਾਂਦੀ ਐ ਤੈਨੂੰ ਪਤਾ ਤਾਂ ਹੈਗਾ ਬੇਬੇ ਦਾ ਵੀ ਨਹੀਂ ਨਵੀਂ ਚੀਜ਼ ਇਹ ਲਿਆਉਣ ਦਿੰਦੀ ਹੁੰਦੀ ਨਾ ਲਿਆਉਣ ਨੂੰ ਮੈਂ ਕਿਹੜੀ ਨਹੀਂ ਲਿਆਉਣ ਦਿੱਤੀ ਨਹੀਂ ਚੀਜ਼ ਅਜੇ ਚੱਲੀ ਤਾਂ ਜਾਂਦਾ ਐਵੇਂ ਤਾਂ ਨਹੀਂ ਪੈਸੇ ਪੱਟਣੇ ਭਾਬੀ ਕੀ ਲਿਆਉਣ ਦੀਆਂ ਸਕੀਮਾਂ ਕਰੀ ਜਾਂਦੇ ਹੋ ਕੂਲਰ ਦੀ ਗੱਲ ਕਰਦੇ ਸੀ ਬਾਈ ਸਖਪਾਲ ਕਾ ਕੂਲਰ ਆ ਜਿਹੜਾ ਉਹ ਜਮੀ ਜਰਿਆ ਪਿਆ ਵੀ ਚਲ ਉਹ ਲੈ ਆਈਏ ਜੇ ਨਵਾਂ ਅੱਛਾ ਜੇ ਬੇਬੇ ਦਾ ਵਾਸ ਚੱਲੇ ਇਹਦਾ 5-10 ਸਾਲ ਹੋਰ ਚਲਾਵੇ ਹਜੇ ਉਹਨੂੰ ਆਹੋ ਆ ਜਾ ਤੇਰੀ ਕਸਰ ਰਹਿੰਦੀ ਸੀ ਆ ਜਾ ਪਵਾ ਲੈ ਬਾਈ ਛਾਂਪ ਸਾਡੇ ਨਾਲ ਤੂੰ ਵੀ ਫਿਰ ਤਾਂ ਪੈ ਗਿਆ ਰਾਣੀ ਹਾਰ ਤੱਕ ਰੋਜ਼ੀ ਪੈਂਦਾ ਤੁਸੀਂ ਤਾਂ ਚੱਲਦੀ ਚੀਜ਼ ਨੂੰ ਕਹਿੰਦੀ ਹੋ ਡੇਗ ਦਿਓ ਬਸ ਛੱਡ ਦਿਓ ਨਾ ਚਰ ਚੱਲੇ ਉਹ ਨਜ਼ਰ ਤਾਂ ਚਲਾਵੇ ਐ ਚੱਲੀ ਤਾਂ ਜਾਂਦੀ ਐ ਬੇਬੇ ਉਹ ਪੱਖਾ ਹੀ ਨਰਾਰੀ ਫਿਰ ਦਿੱਤੀ ਫਿਰ ਦੇ ਪੂਰਾ ਤਾਂ ਸਾਰਾ ਹੋਇਆ ਅੱਡੋ ਅੱਡ ਹੋ ਗਿਆ ਫੇਰ ਹੀ ਬੰਦ ਕਰਾਂਗੇ ਫਿਰ ਐਵੇਂ ਤਾਂ ਨਹੀਂ ਦੁਕਾਨ ਵਾਲਿਆਂ ਨੂੰ ਪੈਸੇ ਵਟਾਉਣੇ ਜਨ ਚਰ ਚੱਲਦਾ ਡੰਗਾ ਲਾ ਲਓ ਦੇਖ ਲੈ ਬਾਈ ਤੂੰ ਸਮਝਾ ਕੇ ਦੇਖ ਲੈ ਬੇਬੇ ਨੂੰ ਗਰਮੀ ਸੌਖੀ ਕੱਢ ਲਾਂਗੇ ਜੇ ਮੰਨ ਜੇ ਨਾ ਨਾ ਭਾਬੀ ਬੇਬੇ ਨਹੀਂ ਮੰਨਦੀ ਹਜੇ ਭਗਵੰਤ ਮਾਨ ਦਾ ਮੰਨ ਜੇ ਮੰਨ ਜੇ ਲੋਕ ਤਾਂ ਐਸੀ ਲਵਾਈ ਜਾਂਦੇ ਨੇ ਕੂਲਰ ਨਹੀਂ ਨਵਾਂ ਲਿਆਉਣ ਦਿੰਦੀ ਇਹ ਨਹੀਂ ਲੈ ਕਿਸੇ ਦੀ ਕੀ ਰੀਸ ਹੈ ਆਪਦਾ ਟਾਈਮ ਦੇਖਣਾ ਚਾਹੀਦਾ पल्ले कुछ दो साल तू सानू कपड़ा लीड़न लिया कर दिंदी सिर दी चुन्नियां कणियों भी औखे हो जाने ओह जी जिहे जी हुंदियां ने चक के लै लैने हैं चार पक्खियां लिया दे सानू रात नू बैठे चली जाया करांगे जवाकां नू फिर रात ही कढ़नी है होर की है हुण जाओ जाके आपदा कम कर लो एवें मेरे नाल ना मत्था मारो इत्थे जे अज कूलर नू हाँ करती सोनू दोनों नू तड़के तुसी एसी पालोंगियां मैं तां भाई आ हक च है नहीं जेड़ा तुसी फालतू पैसा लवाउनी हो साथों नहीं ये लगता पैसा भाभी भाग जो सोडी तां ये घर चौदों चलू जदों बेबे चल गई ना मैं किते नहीं चलदी हजे हजे तेरा ब्याह भी करना है मैं तां कल टाइट करा के आई हां 2000 दे उन्हां च डाल नहीं आया मैनू ऐसी मां सुगर सागर ना हो रहा होवे मैनू कुछ नहीं हैगी कोई बीमारी नहीं भाई कहंदा जे आ गल है बेबे मैं तां कहना 100 साल दी हो जे फिर तां आहो फिर आपां होर 25-30 साल इहदे थल्ले लगे रहांगे ना कु सर मुसर की कर दियो मेरे मुंह ते कहो जेड़ी गल कहनी है ना बेबे मुंह ते खड़ी नहीं है ना ना बेबे मैं तो सखपाल नु ए कहंदी सी महा पा कट्टी ने एक होर ले लिए हां हां ए गल छानी है एक छड़ चाहे दो लेओ कट्टियां ता कोई नफे वाली चीज ता हैगी है वादा करूगी घाटे वाली चीज नु ना हथ पाया करो पुत आ जा भेणे किते होर ना जसे नु फोन कर दे भी एक पशु होर ले आ जा सामणु ता हि तैयार ने आ जा गर्मी च खड़न छुटना अपना क्यों टिक गया ना कूलर तो ऐ कर दिया ने ये सही गल है हैगा तरले तजर्बा बेबे टकाउन दा और ऊ तो नहीं जमन टिक दिया ये हां जवाखां दा घर है भाई ऐ किथों पैसे लाके काम ठीक आऊगा दे जवाखां बिना घर ही सोना सोना हो रे मैं पै कर दे जी नहीं लगदा करे आहर जे लगियां रहंदियां जवाखां दे तीन ही भागे आ दीपू भी भाग गया इहदे वाला नाल कहना मैं तां आप नाल जाऊंगा तैयार हो जांदा होर पहला छुट्टियां हो गए आडियां ने 15 दिन लाके आए ने तिन्ने तुर पे ਜਵਾਖਾਂ ਨਾਲ ਹੀ ਰੌਣਕਾਂ ਹੁੰਦੀਆਂ ਨੇ ਪੁੱਤ ਹੋਰ ਬੇਬੇ ਜਵਾਖਾਂ ਤੋਂ ਬਿਨਾਂ ਕੀ ਐ ਸੋ ਸਿਆਣਾ ਆ ਕੇ ਇੱਕ ਨਿਆਣਾ ਹੋਰ ਜਵਾਖਾਂ ਬਿਨਾਂ ਕਿੱਥੇ ਘਰਾਂ 'ਚ ਜੀ ਲੱਗਦਾ ਕਦੇ ਕਹਿੰਦੇ ਨੇ ਆ ਬਣਾ ਕੇ ਦੇ ਦੋ ਕਦੇ ਆ ਬਣਾ ਕੇ ਦੇ ਆ ਬੈਠੀ ਬੇਲੀਆਂ ਹੋਰ ਕੰਮ ਨਿਬੇੜ ਕੇ ਹੋਰ ਤਿੰਨ ਛੁੱਟੀਆਂ 'ਚ ਕੀ ਜਾਣ ਸੀ ਪੁੱਤ ਜਵਾਖਾਂ ਦਾ ਤੇਰਾ ਭਾਈ ਵੀ ਜਵਾਖਾਂ ਵਰਗਾ ਹੈ ਨਾਲ ਹੀ ਲੈ ਜਾ ਉਹਨਾਂ ਨੂੰ ਹੋਰ ਬੇਬੇ ਹੁਣ ਲੈਣ ਜਾਣਾ ਪਊਗਾ ਨਾ ਨਾ ਬੇਬੇ ਐਤ ਕਿੰਨ ਦਿਨ ਜਾਣਾ ਪੈਂਦਾ ਮਾਨਸਾ ਆਊਗਾ ਉਹ ਕਹਿੰਦੀ ਕੰਮ ਹੈ ਮੈਨੂੰ ਕਚਹਿਰੀਆਂ 'ਚ ਹਾਂ ਚਲ ਆਊਗਾ ਛੱਡ ਜੂਗਾ ਕੱਲ ਨੂੰ ਲੱਗ ਜਾਣਗੇ ਸਕੂਲ ਛੱਡ ਜੂਗਾ ਹਾਂ ਕੱਲ ਨੂੰ ਲੱਗ ਜਾਣਗੇ ਬਾਕੀ ਇਹ ਤੈਨੂੰ ਜਾਣਾ ਪੁੱਤਾ ਕੀ ਇੱਥੇ ਉਹ ਕਰਨਾ ਆਧਾਰ ਕਾਰਡ ਚਾਕੀ ਚੜਨਾ ਹੈ ਨਾ ਬਿਨਾਂ ਆਧਾਰ ਕਾਰਡ ਤੋਂ ਵੀ ਲੈ ਆਉਂਗੀ ਫਿਰ ਕਿਹੜਾ ਮੋੜ ਤੇਰੀ ਖੜੂਗੀ ਮੈਂ ਸੱਡੇ ਤੇ ਖੜ ਜੂਗੀ ਜਾ ਕੇ ਅੱਡੇ ਤੇ ਚੜ ਜੀ ਹਾਂ ਜਵਾਕ ਤਾਂ ਲਿਆਉਣੇ ਨੇ ਕੁੜੇ ਫਿਰ ਤਾਂ ਤੋਰੀਆਂ ਲੱਗ ਜਾਣਗੀਆਂ ਉੱਤਰ ਨਾ ਲਾਈ ਜਾਂਦੇ ਨੇ ਜਿਹੜੀ ਹਾਂ ਲਾਈ ਜਾਂਦੇ ਨੇ ਚੱਲ ਲੱਗ ਜੂਗੀ ਹੁਣ ਤਾਂ ਹੌਲੀ ਹੌਲੀ ਉਹ ਕਹਿੰਦੀਆਂ ਚੌਲ ਖਾਣੇ ਨੇਗੇ ਮੈਂ ਜਲ ਲਿਆ ਦੇਣਾ ਬਾਈ ਅੱਛਾ ਫਿਰ ਬੂਟਾ ਪਾ ਕੇ ਜਦੋਂ ਉੱਥੇ ਮੰਗਿਆ ਚੱਲ ਹੁਣ ਲਿਓ ਨਾ ਮੈਂ ਚੱਲ ਕੋਈ ਨਾ ਕਰ ਲੈਨੇ ਆ ਨਾਲ ਘਰੇ ਖਾ ਲਾਂਗੇ ਨਾਲ ਉਹ ਕੜਾਹੀ ਹੋ ਜੂਗੀ ਹੋਰ ਹਾਂ ਖਾਜੇ ਦੀ ਕੜਾਹੀ ਹੋ ਜੂਗੀ ਹੋਰ ਕੜਾਹੀ ਮੰਗ ਲੈਂਦੀਆਂ ਨੇ ਚੌਲ ਵਾਲੀਆਂ ਹੋਰ ਹੋਰ ਫਿਰ ਕੀ ਹੁੰਦਾ ਨਾ ਕੀ ਹੁੰਦਾ ਉਹਨਾਂ ਨੂੰ ਪਤਾ ਵੀ ਇਹ ਬਣਾ ਆਂਦੇ ਨੇ ਬਣਾ ਆਂਦੇ ਨੇ ਉਹ ਵੀ ਮੰਗਦੇ ਆ ਨਾ ਨਾ ਪਤਾ ਹੈ ਉਹਨਾਂ ਨੂੰ ਹਾਂ ਚੱਲ ਘਰ ਦੀ ਗੱਲ ਆ ਉਹ ਤਾਂ ਚੌਲ ਬਥੇਰੇ ਪਏ ਨੇ ਬਣਾ ਲਾਂਗੇ ਹਾਂ ਬਣਾ ਲੈਣੇ ਆ
ਮੈਂ ਕਹਿਣ ਲੱਗਾ ਜੀ ਮੈਂ ਜਵਾਕ ਖਾ ਲੈਣਗੇ ਜਵਾਕ ਤਾਂ ਰਹੇ ਹੀ ਨਹੀਂ ਮੈਂ ਹੋਰ ਜਵਾਕ ਨਾ ਜਵਾਕ ਕਿਹੜੇ ਚੌਲ ਖਾਂਦੇ ਨੇ ਜਵਾਕ ਦਾ ਕੁਰਕਰੇ ਮੈਗੀਆਂ ਸਾਰਾ ਦਿਨ ਹਾਂ ਨੂਣ ਵਾਲੇ ਤਾਂ ਖਾ ਲੈਂਦੇ ਨੇ ਕਦੇ ਕਦੇ ਹਾਂ ਉਹਨਾਂ ਨੂੰ ਵੀ ਲਿਆਉਣਾ ਪਊਗਾ ਸੱਚੇ ਨਾ ਹੈ ਨਾ ਨਾ ਆਊਗਾ ਬਾਈ ਇਧਰ ਮਾਨਸਾ ਕੰਮ ਹੈ ਕਚਹਿਰੀਆਂ ਚ ਕੋਈ ਛੱਡ ਜੂਗਾ ਅੱਛਾ ਛੱਡ ਜੂਗਾ ਨਾ ਉਹਦੇ ਤਾਂ ਕਹਿਆ ਤੀ ਫਿਰ ਦੇਖੋ ਉਹ ਵੀ ਜਵਾਕਾਂ ਵਰਗਾ ਹੀ ਹੈ ਨਾ ਪੁੱਛ ਫਿਰ ਤਾਂ ਉਹਨਾਂ ਦਾ ਸਕੂਲ ਲੱਗੂਗਾ ਕੱਲ ਨੂੰ ਲੱਗੂਗਾ ਹਾਂ ਹੋਰ ਚਲ ਕੋਈ ਨਾ ਪੁੱਛਦੀ ਆ ਕੱਲ ਨੂੰ ਸਨੇਹਾ ਵੀ ਛੱਡ ਜੂ ਤਾਂ ਵੀ ਛੱਡ ਜੂ ਸਕੂਲ ਵੇਲੇ ਨੂੰ ਹਾਂ ਜਾ ਕੇ ਕਰਾ ਦੀ ਹਾਂ ਤਿੰਨ ਛੁੱਟੀਆਂ ਤੇ ਐਵੇਂ ਜਾ ਕੇ ਬਹਿ ਗਏ ਇੱਥੇ ਹੋਰ ਹੋਰ ਤਿੰਨੇ ਵਾਗੇ ਉਹ ਜਵਾਕਾਂ ਦਾ ਮੋਹ ਕਰਦੇ ਹੀ ਵਾਲਾ ਹੈ ਕਰਦਾ ਉਹਦਾ ਇੱਕ ਛੁੱਟੀ ਨਹੀਂ ਆਉਣ ਦਿੰਦਾ ਹੈਗਾ ਸਾਰਿਆਂ ਨੂੰ ਖਿੱਚ ਲੈਂਦਾ ਵੀ ਚਲ ਇੱਕ ਤਾਂ ਰਹਿ ਜੇ ਫਿਰ ਇੱਕ ਨਹੀਂ ਰਹਿੰਦਾ ਉਹਨਾਂ ਤੋਂ ਨਾ ਨਾ ਇਕੱਠੇ ਨੇ ਤਾਂ ਫਿਰ ਇਕੱਠੀ ਜਾਂਦੇ ਨੇ ਇਕੱਠੀ ਆਉਂਦੇ ਨੇ ਹੂੰ ਜਵਾਕਾਂ ਨੂੰ ਖੇਡਣ ਦਾ ਲਾਲਚ ਆਉਂਦਾ ਨਾ ਕੁਝ ਚੀਜ਼ੀ ਦਵਾ ਦਿੰਦਾ ਮਾਮਾ ਹੂੰ ਉੱਥੇ ਪੀਣ ਜਾਣਗੇ ਫਰੂਟੀਆਂ ਲੈ ਕੇ ਹੋਰ ਖਾਣ ਦੇ ਮਾਰੀ ਜਾਂਦੇ ਨੇ ਹੋਰ ਨਾਨਕੇ ਖਾਣ ਦੀ ਲਾਲਚ ਹੁੰਦਾ ਹੈ ਤਾਂ ਹੀ ਤਾਂ ਕਹਿੰਨੀ ਆ ਹੋਰ ਖਾਣ ਦੇ ਮਾਰੀ ਜਾਂਦੇ ਜਵਾਕ ਖਾਣ ਦੀ ਲਾਲਚ ਹੁੰਦਾ ਜਵਾਕਾਂ ਨੂੰ ਤਾਂ ਪਾਣੀ ਲਿਆ ਫਿਰ ਹਾਂ ਦੇਉਣੀ ਆ ਹਾਂ ਹਾਂ ਕਰੋ ਤੂੰ ਐਂ ਕਰ ਭੈਣੇ ਚਾਹ ਧਰ ਲੈ ਮੈਂ ਚੌਲ ਕਰ ਲੈਣੀ ਆ ਠੀਕ ਦੇਖ ਲੈ ਜੀ ਕਿਹੜੇ ਵੇ ਕੰਮ ਨੇ ਬੜੇ ਨੇ ਬੇਬੇ ਜਵਾਕ ਜਦੋਂ ਗਏ ਹੋਏ ਤੇ ਨਾਨਕੇ 10 ਵਜੇ ਨੂੰ ਵੇਲੀਆਂ ਹੋ ਜਾਣੀ ਤੇ ਸਾਰਾ ਕੰਮ ਕਰਕੇ ਤੇ ਹੋਰ ਫਿਰ ਜਵਾਕਾਂ ਨਾਲ ਹੀ ਕੰਮ ਹੁੰਦਾ ਹੈ ਹਾਂ ਹਾਂ ਹੋਰ ਅੱਜ ਘਰ ਭਰਿਆ ਆ ਕਰਦੇ ਆ ਦੇ ਦੇ ਚੱਪਲ ਦੇ ਦੇ ਜੋੜਾ ਦੇ ਦੇ ਰੋਟੀ ਦੇ ਦੇ ਪਾਣੀ ਦੇ ਦੇ ਸਾਰਾ ਇਹ ਨਿਬੜਦਾ ਚੱਲ ਭਾਈ ਫਿਰ ਜਵਾਕਾਂ ਬਿਨਾਂ ਜੀ ਆ ਤਾਂ ਅਜੇ ਤਾਂ ਜਮੀ ਨਹੀਂ ਟਿਕਦੀ ਸਾਰਾ ਦਿਨ ਪਾਈਪਾਂ ਜਿਹਾ ਪਾਣੀ ਪੀ ਜਾਊਗੀ ਹਾਂ ਇਹ ਤਾਂ ਹੀ ਖਾਂਦੀ ਮੇਰੇ ਵਾਲਾ ਵੀ ਨਾਲ ਟੰਗ ਜਾਂਦਾ ਹੈ ਇੱਕ ਤਾਂ ਨਹੀਂ ਕਰੇ ਹੋਵੇ ਹਾਂ ਓਏ ਭਣੇ ਇਹਦੇ ਨਾਲ ਉਹ ਜੀ ਲਾ ਲਾਂਦੀਆਂ ਨੇ ਫਿਰ ਹੋਰ ਦੀਪੂ ਨਾਲ ਜੀ ਲਾ ਲਾਂਦੀਆਂ ਸਾਰਾ ਦਿਨ ਹੀ ਭਾਂਡੇ ਕਰੀ ਜਾਂਦੇ ਨੇ ਕਿੱਥੇ ਵੇਲੇ ਜੇ ਹੋਏ ਬੈਠੇ ਤਿੰਨਾਂ ਨੇ ਮਾਥਾ ਰੱਖਿਆ ਤੀ ਵੀ ਇੱਕ ਤੋਂ ਜਾਣਾ ਜੇ ਤੇਰਾ ਮਾਮਾ ਆ ਗਿਆ ਤੇਰੇ ਨਾਲ ਵਗ ਜੀ ਨੇ ਮੇਰੇ ਨਾਲ ਵਗ ਜੀ ਚੱਲ ਜਾਇ ਆਏ ਹੁਣ ਦੋ ਛੁੱਟੀਆਂ ਤੇ ਹੋਰ ਨਾਨੀ ਦੀਆਂ ਪੱਕੀਆਂ ਖਾਏ ਜਵਾਕਾਂ ਵੀ ਨਾ ਤਾਂ ਸੁਣ ਸਕਦੇ ਹੋਰ ਹੋਰ ਸੁਣ ਸੁਣਾ ਹੋ ਗਈ ਜਿੱਦੇ ਆਪਾਂ ਚੌਲ ਕਰੇ ਦੇਖ ਹੋਰ ਇਹਨਾਂ ਨੂੰ ਜੀਰੀ ਲਾਉਣ ਵਾਲੀਆਂ ਨੂੰ ਉਹਦੇ ਕਿਵੇਂ ਕਰਦੇ ਸੀ ਆਪਾਂ ਵੀ ਚੌਲ ਕਰ ਲਿਆ ਆਪਾਂ ਜਵਾਕ ਹੈ ਨਹੀਂ ਕਰੇ ਹੋਰ ਸਿਆਣੇ ਬੰਦੇ ਨੂੰ ਤਾਂ ਫਿਰ ਐ ਹੋ ਜਾਂਦਾ ਵੀ ਪਹਿਲਾਂ ਆਪਾਂ ਜਵਾਕਾਂ ਨੂੰ ਚੀਜ਼ ਦੇਈਏ ਹੋਰ ਜਵਾਕਾਂ ਦੇ ਬਹਾਨੇ ਨਾਲ ਤਾਂ ਸਿਆਣਾ ਬੰਦਾ ਹੀ ਮੂੰਹ ਚ ਪਾ ਲੈਂਦਾ ਹੋਰ ਜਵਾਕ ਤਾਂ ਪਹਿਲਾਂ ਕੱਲੇ ਦਾ ਆਹਰ ਜਾਰੀ ਹੁੰਦਾ ਹੈਗਾ ਬਾਕੀ ਚਮਚਾ ਉਹ ਵਧੀਆ ਰਹੀਆਂ ਚੈਨ ਉਹਨਾਂ ਨੇ ਕਹਿਤਾ ਵੀ ਚੌਲ ਕਰ ਲਓ ਆਪਾਂ ਬਾਹਰ ਦੇ ਨਾਲ ਖਾ ਲੇ ਹੋਰ ਨਹੀਂ ਬੜੇ ਚੌਲ ਕਰਦੀਆਂ ਤੇ ਆਪਾਂ ਸਖਪਾਲ ਸੇਲ ਲੱਗ ਰਹੀ ਹੈ ਰੱਖੜੀਆਂ ਕਰਕੇ ਕੱਪੜੇ ਨਾਲ ਲਈਏ ਮਾਨਸਾ ਤੋਂ ਕਿਹਦੇ ਲੱਗ ਰਹੀ ਹੈ ਕਿਹੜੀ ਦੁਕਾਨ ਸਾਰੀਆਂ ਦੁਕਾਨਾਂ ਤੇ ਲੱਗ ਰਹੀ ਹੈ ਹੁਣ ਤਾਂ ਅੱਛਾ ਬੱਗੇ ਵਾਲੇ ਵੀ ਲਾਉਂਦੇ ਹੁੰਦੇ ਨੇ ਵਾਹ ਹਾਂ ਮੈਨੂੰ ਤਾਂ ਦੱਸ ਕੇ ਗਈ ਸੀ ਬਲਜਿੰਦਰ ਆਈ ਸੀ ਮਾਨਾਂ ਵਾਲੇ ਵੀ ਲਾਉਂਦੇ ਹੁੰਦੇ ਨੇ ਸਾਰੇ ਲਾਉਂਦੇ ਹੁੰਦੇ ਨੇ ਸੇਲਾਂ ਤਾਂ ਮੈਂ ਗੋਹਾ ਪੱਥੇ ਇੰਤੀ ਬਾਰੇ ਉਹ ਕਹਿੰਦੀ ਅਸੀਂ ਲਿਆਏ ਆ ਅੱਛਾ ਜਾਊਗੀ ਉਹ ਲਿਆਂਦੇ ਉਹਨਾਂ ਨੇ ਤਾਂ ਅੱਛਾ ਨਹੀਂ ਤੁਸੀਂ ਲਿਆਂਦੇ ਮਹਾਂ ਦੇਖਦੇ ਆ ਕਰਦੇ ਆ ਰਾਏ ਜੀ ਉਹ ਦਰਾਣੀ ਛੜੀ ਬਾਗੀਆਂ ਹੋਣ ਦੋਨੇ ਜਣੀਆਂ ਉਹ ਤਾਂ ਬਾਗੀਆਂ ਹੋਣਗੀਆਂ ਆਪਾਂ ਕਿਹਦੇ ਨਾਲ ਜਾਵਾਂਗੇ ਬੇਬੇ ਲੈ ਜਾਾਂਗੇ ਬੇਬੇ ਵਗ ਜੂ ਨਾ ਭਾਣੇ ਕੱਪੜਿਆਂ ਨੂੰ ਕੀ ਆ ਹੁਣ ਸਾਨੂੰ ਲੈ ਬੇਬੇ ਤੂੰ ਐਂ ਕਰਦੀ ਐ ਨਹੀਂ ਕਿਸੇ ਦੀ ਰੀਸ ਕਰਕੇ ਬਹਿ ਜਾਨੀ ਤੂੰ ਉਹ ਤਾਂ ਭਲਾ ਰੋਜ਼ ਬੱਸਾਂ ਤੇ ਲੱਗੇ ਹੋਏ ਨੇ ਡਰਾਈਵਰ ਉਹਨਾਂ ਦੇ ਘਰ ਵਾਲੇ ਬੇਬੇ ਦੇਖੀ ਜਮੀ ਕਾਸੇ ਪੈਨੇ ਆ ਹੁਣ ਸਾਨੂੰ ਕੱਤੀ ਵਾਲੇ ਬੰਦੇ ਆ ਆਪਣਾ ਨਹੀਂ ਲਵਾ ਰੋਜ਼ ਕੱਪੜੇ ਲੋਟਾਉਂਦੇ 6ਵੇਂ ਮਹੀਨੇ ਲਿਆ ਕਰੋ ਲੈ ਆਪਾਂ ਕੀ ਡਰਾਈਵਰਾਂ ਨੂੰ ਘੱਟ ਕਮਾਉਣੇ ਫਿਰ ਖੇਤੀ ਪੱਤੀ ਵਾਲੇ ਜੇ ਡਰਾਈਵਰ ਕੁਛ ਜ਼ਿਆਦਾ ਕਮਾਈ ਕਰਦੇ ਨੇ ਕੁਛ ਨਹੀਂ ਹੁੰਦਾ ਆਪਣੇ ਤਾਂ ਉਦੋਂ ਵੀ ਜ਼ਿਆਦਾ ਕਮਾਈ ਕਰਦੇ ਨੇ ਚਾਂ ਤਾਂ ਲੈ ਆਉਂਗੀ ਇੱਕ ਦੋ ਦਾ ਸੂਟ ਲੈ ਫਿਰ ਤੁਹਾਨੂੰ ਤੀਆਂ ਨੂੰ ਦੇ ਜਾਣਗੇ ਹੋਰ ਦੱਸ ਕੀ ਕਰਨਾ ਬੇਬੇ ਕਿਸੇ ਤੇ ਆਸੇ ਰੱਖੀ ਦਿੰਦੀ ਦੇਖਿਆ ਕਣੀ ਚਾਕ ਰੱਖਦੀ ਆ ਸਾਰਾ ਦਿਨ ਦੇਖੀ ਜਾਣਗੇ ਚਾਹੇ ਰੱਖ ਚਾਹੇ ਨਾ ਉਹ ਤਾਂ ਸੁੱਖ ਨਾਲ ਦੇ ਕੇ ਜਾਂਦੇ ਰੋਜ਼ ਮੈਨੂੰ ਲੱਗਦਾ ਆਪਾਂ ਤਾਂ ਹੀ ਪੇਕੇ ਤੋਰਦੇ ਵੀ ਇੱਕ ਇੱਕ ਸੂਟ ਬਣਾ ਲਿਆਉਣੀ ਆ ਤਾਂ ਹੀ ਤੋਰਦੇ ਨਹੀਂ ਤਾਂ ਪੇਕੇ ਵੀ ਨਾ ਤੋਰੇ ਇਹ ਨਹੀਂ ਉਰੀ ਦੇ ਜਾਣਗੇ ਤਾਂ ਹੁਣ ਸਾਨੂੰ ਕਿਉਂ ਬੰਨ ਕੇ ਦਿੱਤਾ ਕਾ ਕਾ ਸਾਲ ਹੋ ਗਏ ਹੁਣ ਇੱਥੋਂ ਤੱਕ ਬੈਠੀ ਕਰ ਦਿੰਦੇ ਬੇਬੇ ਉਹਨਾਂ ਨੂੰ ਕਿਹੜਾ ਬੰਨ ਕੇ ਦਿੱਤਾ ਆਪਦੇ ਘਰੋਂ ਵੀ ਕਦੇ ਸਮਾ ਦਿਆ ਕਰ ਸਾਲ ਸਮਾਹੀ ਕੁਛ ਨਹੀਂ ਹੁੰਦਾ ਜਿਹੜੇ ਜਵਾਕ ਛੁੱਟੀਆਂ ਆਉਣਗੇ ਤੂੰ ਸਾਂਭ ਲਈ ਅਸੀਂ ਵਗ ਜਾਾਂਗੀਆਂ ਨਹੀਂ ਫਿਰ ਨਾਲ ਆ ਜਾ ਇੱਕ ਸੂਟ ਤੂੰ ਵੀ ਦੇ ਜਵਾਕਾਂ ਦੇ ਪਵਾ ਲਿਆਵਾਂਗੇ ਇੱਕ ਦਿਨ ਜਾ ਕੇ ਚੱਲ ਕੋਈ ਨਹੀਂ ਪਵਾ ਤੇ ਬੇਬੇ ਨੇ ਤਾਂ ਸੇਲ ਫਿਰ ਹੁਣ ਦਵਾਉਂਦੀ ਨਹੀਂ ਇੱਕ ਅੱਧਾ ਸੂਟ ਸਾਨੂੰ ਜਮੀ ਠੱਡੋਈ ਮੁੱਕਰ ਗਈ ਚੱਲ ਦੇਖ ਲਾਂਗੇ ਕੋਈ ਨਹੀਂ ਜਦੋਂ ਦੁੱਧ ਵਾਲੇ ਨੇ ਪੈਸੇ ਦੇਤੇ ਸਾਰਾ ਦਿਨ ਡੰਗਰਾਂ 'ਚ ਫਿਰਦੀ ਹੋ ਕੋਈ ਨਹੀਂ ਦਵਾ ਲਿਆਉਂਗੇ ਦੁੱਧ ਵਾਲੇ ਨੂੰ ਡਿੱਕੀ ਜਾਨੀ ਆ ਬੱਬੀ ਪਾ ਤਾਂ ਦਿੰਦਾ ਤੈਨੂੰ ਪੈਸੇ ਤੂੰ ਤਾਂ ਮੌਜ ਨਾਲ ਕਢਾ ਲੈਣੀ ਸਾਨੂੰ ਐ ਵੀ ਨਹੀਂ ਪਤਾ ਲਾਉਂਦੀ ਵੀ ਕਿੰਨੇ ਪਾਤੇ ਕਿੰਨੇ ਨਾ ਜਵਾਕ ਪਤਾ ਤੈਨੂੰ ਘਰ ਛੱਡੀ ਫਿਰਦਾ ਜਵਾਕ ਛੱਡੀ ਫਿਰਦਾ ਮਸਾਂ ਕਮਾਉਂਦਾ ਦੋ ਵਾਰ ਨੇ ਆਈ ਤਾਂ ਨਹੀਂ ਲਾਉਣੇ ਵੀ ਨਾਲ ਦੀ ਨਾਲ ਹੀ ਲਾਈ ਚੱਲੋ ਘਰ ਬਣੂਗਾ ਛੋਡਾ ਹੀ ਆ ਘਰ ਆ ਦੇਖ ਪਿਛਲੀ ਸਾਲ ਵੱਡਾ ਟਰੈਟ ਆ ਗਿਆ ਸੁੱਖ ਨਾਲ ਪੈਸਾ ਕੋਲੇ ਰੱਖੋ ਕੋਈ ਜ਼ਮੀਨ ਦੇ ਖੁੱਡ ਬਣ ਜਾਂਦੇ ਨੇ ਨਾਲ ਲੱਗਵੇਂ ਬਾਲੀ ਤਾਰ ਡਬੂੜੀ ਹੈ ਕੀ ਬਣੂਗਾ ਇਹਦਾ ਬੇ ਇਹਨੂੰ ਵੀ ਦਿਓ ਝੂਟਾ ਪੁੱਤ ਤਾਜ ਨੂੰ ਆਦੇ ਤਾਜ ਰੋਈ ਜਾਂਦੀ ਹੈ ਝੂਟਾ ਦੇ ਦਿਓ ਇਹਨੂੰ ਬਸ ਪੁੱਤਰ ਹੁੰਦੇ ਨਹੀਂ ਹੁੰਦੇ ਬਚ 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 ਉਹ ਦੇਖ ਭੈਣ ਲਈ ਜਾਂਦੀ ਝੂਟਾ ਉਹ ਦੇਖ ਦੀਦੀ ਝੂਟਾ ਲਈ ਜਾਂਦੀ ਉਹ ਦੇਖ ਪਰਨੀਤ ਨਹੀਂ ਭੈਣੇ ਕਿੱਧਰ ਆ ਗਈਆਂ ਆ ਤੀ ਭੈਣੇ ਮੈਂ ਤਾਂ ਉਰੇ ਅੱਛਾ ਇੱਧਰ ਬੈ ਗਈ ਹਾਂ ਉਰੇ ਆ ਜਾ ਛੋਟੇ ਬਾਰ ਬਾਰੇ ਬੈਠੀ ਹਾਂ ਅੱਛਾ ਆ ਜਾ ਲੈ ਭੈਣ ਲੱਡੂ
ਚੰਗਾ ਭਾਣੇ ਵਧਾਈਆਂ ਤੈਨੂੰ ਤੇ ਚਾਰ ਪਰਮਾਤਮਾ ਸਾਹਿਬ ਨੂੰ ਵਧਾ ਦੇ ਹੋਰ ਬਾਲੀ ਸੋਹਣਾ ਕੰਮ ਹੋ ਗਿਆ ਹੋਰ ਸੁਣ ਲਈ ਰੱਬ ਨੇ ਹਾਂ ਉਹ ਆ ਹੁਣੀ ਭਾਈ ਵੇਲੇ ਤੇ ਬਾਗੇ ਮੱਥਾ ਟੇਕਣ ਖੜੇ ਖੜੇ ਵੀ ਅਸੀਂ ਮੱਥਾ ਟੇਕ ਆਈ ਮੈਂ ਕਿਹਾ ਜਵਾਖਾਂ ਨੂੰ ਮੈਂ ਰੱਖ ਲੈਣੇ ਸੋਨੂੰ ਤੰਗ ਕਰਨਗੇ ਹਾਂ ਚੱਲ ਠੀਕ ਹੈ ਹੋਰ ਵਧੀਆ ਕਰੇ ਲੈ ਭੈਣੇ ਇਹਨੂੰ ਇਹਦੀ ਤਾਈ ਕੋਲੇ ਛੱਡ ਕੇ ਹੀ ਰਾਣੀ ਕੋਲੇ ਉੱਥੇ ਕੱਪੜੇ ਸਿਉਂਦੀ ਉਹ ਅੰਦਰ ਬੈਠੀ ਆ ਅੰਦਰ ਬੈਠੀ ਹੈ ਹਾਂ ਲੈ ਜਾ ਨਾਲ ਹੀ ਗੁੱਡਾ ਲੈ ਜਾ ਇਹਦਾ ਲੈ ਪੁੱਤ ਨਾਲ ਹੀ ਲੈ ਜਾ ਰੋ ਨਾ ਲੈ ਭੈਣੇ ਜਵਾਕਾਂ ਤੋਂ ਗੱਲ ਯਾਦ ਆਈ ਤੂੰ ਜੱਸੇ ਹੋਰਾਂ ਨੂੰ ਕਿਉਂ ਨਹੀਂ ਕਹਿੰਦੀ ਵੀ ਇੱਕ ਚਾਂਸ ਤਾਂ ਹੋਰ ਦੇਖ ਲੈਣ ਮੇਰੇ ਭਤੀਜੇ ਦੀ ਵੀ ਤਾਂ ਤਿੰਨ ਕੁੜੀਆਂ ਬਾਅਦ ਮੁੰਡਾ ਹੋ ਹੀ ਗਿਆ ਮੈਂ ਤਾਂ ਬਥੇਰਾ ਰੌਲਾ ਪਾਉਣੀ ਆ ਭੈਣੇ ਮੇਰੀ ਸੁਣੇ ਵੀ ਕੋਈ ਕਹਿ ਦਿੰਦੇ ਨੇ ਕੀ ਗਰੰਟੀ ਹੈ ਵੀ ਪੱਕਾ ਮੁੰਡਾ ਹੀ ਹੋਊਗਾ ਨਹੀਂ ਗਰੰਟੀ ਨੂੰ ਕਿ ਆਪਾਂ ਭੁੰਨ ਕੇ ਬੀਜਿਆ ਆਪਾਂ ਕਿਹੜਾ ਕਿਸੇ ਦਾ ਮਾੜਾ ਕਰਿਆ ਵੀ ਰੱਬ ਆਪਣੀ ਨਹੀਂ ਸੁਣੂਗਾ ਨਹੀਂ ਹੋਰ ਆ ਜੇ ਤੂੰ ਛੋਟੀ ਕੁੜੀ ਹੋਈ ਆ ਭੈਣੇ ਉਦੋਂ ਵੀ ਮੈਂ ਕਹਿਤਾ ਸੀ ਨਹੀਂ ਇਹ ਤਾਂ ਕਹਿੰਦੇ ਸੀ ਇੱਕੋ ਹੀ ਕੁੜੀ ਬਥੇਰੀ ਹੈ ਸਾਨੂੰ ਜਵਾਖੜੀ ਤਾਂ ਭਾਵੇਂ ਇੱਕ ਹੋਵੇ ਦੋ ਹੋਣ ਭਾਵੇਂ ਜੇ ਚਾਰ ਹੋਣ ਪੁੱਤ ਵੀ ਨਾ ਮਾਪਿਆਂ ਦਾ ਬੜਾਪਾ ਜਿਹਾ ਰੁੱਝ ਜਾਂਦਾ ਦੇਖੀ ਜਾਊਗੀ ਭਾਈ ਜਿਵੇਂ ਕੁਛ ਹੋਊ ਮੈਂ ਉਹਨਾਂ ਨੂੰ ਹੁਣ ਕੀ ਕਹਾਂ ਤੂੰ ਮੇਰੀ ਗੱਲ ਸੁਣ ਜੇ ਇਹ ਤੇਰੀ ਗੱਲ ਨਹੀਂ ਮੰਨਦੇ ਤੂੰ ਸੁਖਪਾਲ ਦੀ ਮਾਂ ਕੋਲੇ ਗੱਲ ਕਰ ਉਹ ਸਿਆਣੀ ਹੈ ਉਹ ਆਪੇ ਕਹੂ ਇਹਨਾਂ ਨੂੰ ਗੁੱਸਾ ਤਾਂ ਕਰੀ ਨਾ ਮੇਰੀ ਗੱਲ ਦਾ ਤੂੰ ਗੌਰ ਕਰੀ ਮੇਰੀ ਗੱਲ 'ਤੇ ਧੀਆਂ ਤਾਂ ਬਗਾਨਾ ਤਾਂ ਨਾ ਆਪਦੇ ਘਰੇ ਜਾਣਗੀਆਂ ਇਹਨਾਂ ਨੂੰ ਕੌਣ ਸਾਂਭੂਗਾ ਇਹਨਾਂ ਦਾ ਵਡੇਪਾ ਰੁੱਝੂਗਾ ਮੌਕਾ ਸੰਭਾਲ ਲੈ ਭੈਣੇ ਹਜੇ ਵੀ ਟਾਈਮ ਹੈਗਾ ਤੂੰ ਆਪਦੇ ਨੂੰਹ ਪੁੱਤ ਨੂੰ ਸਮਝਾ ਕੁੜੇ ਆਹ ਗੱਲਾਂ ਜੀਆਂ ਸੁਣ ਕੇ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ ਮੈਂ ਤਾਂ ਮਸਾਂ ਲੋਟ ਹੋਈ ਤੀ ਮੈਨੂੰ ਤਾਂ ਫੇਰ ਫਿਕਰ ਹੋ ਗਿਆ ਭੈਣੇ ਵਾਲੀ ਫਿਕਰ ਨਹੀਂ ਪਾਇਆ ਮੈਂ ਤਾਂ ਤੇਰੀਆਂ ਅੱਖਾਂ ਖੋਲੀਆਂ ਨੇ ਵੀ ਧੀਆਂ ਭਾਵਾਂ ਕਿੰਨੀਆਂ ਹੀ ਹੋਣ ਇੱਕ ਪੁੱਤ ਤਾਂ ਹੋਵੇ ਸਭ ਦੇ ਕੱਲ੍ਹ ਨੂੰ ਜਵਾਕੜੀਆਂ ਕਿਹਦੇ ਕੋਲ ਆਇਆ ਜਾਇਆ ਕਰਨਗੀਆਂ ਵਰਤ ਵਰਤੇਵੇ ਵਾਲਾ ਤਾਂ ਹੋਣਾ ਚਾਹੀਦਾ ਹੀ ਹੈ ਗੱਲਾਂ ਤਾਂ ਭੈਣੇ ਤੇਰੀਆਂ ਸਾਰੀਆਂ ਸੱਚ ਨੇ ਗੱਲ ਕਰ ਫਿਰ ਮੇਰੀ ਬਾਹ ਨਹੀਂ ਜਾਂਦੀ ਕੋਈ ਅੱਜ ਫਿਰ ਦੇਖ ਲੂੰਗੀ ਕਹਿ ਕੇ ਆ ਗਈ ਪੁੱਤ ਭਾਈ ਵੇਲੇ ਤੋਂ ਹਾਂ ਹਾਂ ਬੇਬੇ ਆ ਗਈ ਅੱਛਾ ਜੱਸਾ ਜੱਸਾ ਖੇਤ ਵਗ ਗਿਆ ਮੈਨੂੰ ਲਾ ਕੇ ਖੇਤ ਵਗ ਗਿਆ ਹਾਂ ਉਹ ਲੱਡੂ ਜੇ ਕਿਹਦੇ ਆਏ ਨੇ ਬੇਬੇ ਉਹ ਲੱਡੂ ਜੇ ਪੈਦਰ ਸੋਈ ਉਹ ਤੇਰੀ ਚਾਚੀ ਬਚਨ ਨੂੰ ਦੇਖ ਕੇ ਗਈ ਐ ਅੱਛਾ ਹਾਂ ਠੀਕ ਹੈ ਉਹ ਆਈ ਸੀ ਮੇਰੇ ਕੋਲੇ ਅੱਜ ਨਹੀਂ ਪ੍ਰਸ਼ਾਦ ਲਈ ਦਿਨੇ ਭਾਈ ਵੇਲੇ ਤੋਂ ਉਹਦੇ ਵਿੱਚ ਪਾਇਆ ਸੀਗਾ ਮੈਂ ਹਾਂ ਕੀ ਪੇਟਾ ਕੇ ਜਾ ਲੱਡੂ ਪਏ ਉੱਥੇ ਹਾਂ ਉਹਦੇ ਨਾ ਭਤੀਜੇ ਦੇ ਮੁੰਡਾ ਹੋਇਆ ਤਿੰਨ ਕੁੜੀਆਂ ਮਗਰੋਂ ਅੱਛਾ ਹਾਂ ਉਹ ਮੇਰੇ ਕੋਲੇ ਖਾਸਾ ਚਿਰ ਬੈਠੀ ਰਹੀ ਅੱਛਾ ਹਾਂ ਉਹ ਗੱਲਾਂ ਕਰਨ ਲੱਗ ਗਈ ਸੀ ਫਿਰ ਅੱਛਾ ਹੋਰ ਬਲਾਈ ਗੱਲਾਂ ਕਰਦੀ ਸੀ ਸਿਆਣੀਆਂ ਉਹ ਆਈ ਕਹਿੰਦੀ ਸੀ ਵੀ ਤੇਰੇ ਨੂੰ ਪੁੱਤ ਨੂੰ ਸਮਝਾ ਦੇ ਮਾੜਾ ਮੋਟਾ ਵੀ ਇੱਕ ਚਾਂਸ ਹੋਰ ਦੇਖ ਲੈਣਾ ਵੀ ਰੱਬ ਜਵਾਕ ਦੇ ਦੇ ਲੈ ਬੇਬੇ ਜਵਾਕ ਇਹ ਵੀ ਜਵਾਕ ਹੀ ਨੇ ਬੇਬੇ ਇਹ ਤਾਂ ਜਵਾਕੜੀਆਂ ਨੇ ਪੁੱਤ ਕੋਈ ਜਵਾਕ ਹੋ ਜੇ ਲੈ ਬੇਬੇ ਤੂੰ ਤਾਂ ਮਾਂਗਰ ਲੱਗ ਜਾਂਦੇ ਹਰੇਕ ਦੇ ਮਾਂਗਰ ਨਹੀਂ ਲੱਗਦੀ ਪੁੱਤ ਜਵਾਕੜੀਆਂ ਢੱਕੀਆਂ ਜਾਣਗੀਆਂ ਹੈ ਭੈਣਾਂ ਦਾ ਭਾਈ ਹੋ ਜੂਗਾ ਐ ਨਾ ਤੁਸੀਂ ਕਰਿਆ ਕੁਛ ਨਹੀਂ ਹੁੰਦਾ ਬੇਬੇ ਪੜਾ ਰੱਖਿਆ ਕੇ ਕੁੜੀਆਂ ਨੂੰ ਵਧੀਆ ਅਫਸਰ ਲਵਾ ਦਾਂਗੇ ਆਪਾਂ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ ਹਰ ਪਾਸੇ ਮੂਹਰੇ ਨੇ ਕੁੜੀਆਂ ਮੁੰਡਿਆਂ ਨਾਲ ਘੱਟ ਤਾਂ ਨਹੀਂ ਹੈਗੀਆਂ ਪੁੱਤ ਫੇਰ ਵੀ ਦੇੜੀ ਹੁੰਦੀ ਐ ਨਿਉਂ ਜੜ ਹੁੰਦੀ ਐ ਨਾ ਕੁੜੀਆਂ ਨਾਲ ਕਿਹੜਾ ਬੇਬੇ ਦੇੜੀ ਨਹੀਂ ਵੱਧਦੀ ਇੱਕ ਚੀਜ਼ ਤਾਂ ਇਹਨਾਂ 'ਚ ਦੋਵਾਂ 'ਚ ਬਗਾਨੀ ਹੁੰਦੀ ਓ ਐ ਚਾਹੇ ਨੂੰ ਚਾਹੇ ਜਵਾਈ ਪੁੱਤ ਹੁੰਦੀ ਤਾਂ ਹੈ ਫੇਰ ਵੀ ਪੁੱਤਾਂ ਵੀ ਨਾ ਸੌਂਦੀ ਨਹੀਂ ਸੌਣ ਨੂੰ ਕੀ ਐ ਬੇਬੇ ਦਿਮਾਗ ਹੋਣਾ ਚਾਹੀਦਾ ਬੰਦੇ ਦਾ ਭਾਈ ਤੁਸੀਂ ਤਾਂ ਹਿੰਡ ਨੂੰ ਪਿੱਛਾ ਨਹੀਂ ਦਿੰਦੀਆਂ ਸਿਆਣੇ ਬੰਦੇ ਦੇ ਆਖੇ ਵੀ ਲੱਗੀ ਨਾ ਹੁੰਦਾ ਮੰਨੀ ਦੀ ਹੁੰਦੀ ਆ ਗੱਲ ਤੂੰ ਤਾਂ ਐਂ ਕਰਦੀ ਐ ਬੇਬੇ ਹੁਣ ਕੀ ਪਤਾ ਵੀ ਪੱਕਾ ਮੁੰਡਾ ਹੀ ਹੋਊਗਾ ਆਪਣੇ ਹੋਰ ਹੋਊਗਾ ਕੁੜੇ ਸਾਰਿਆਂ ਦੇ ਹੋਈ ਜਾਂਦਾ ਆਪਣੇ ਕਿਉਂ ਨਹੀਂ ਹੋਊਗਾ ਭਲਾ ਬੇਬੇ ਜਦੋਂ ਕੋਈ ਇਹੀ ਜੀ ਗੱਲ ਹੁੰਦੀ ਤਾਂ ਗੱਲ ਫੜਕੀ ਪੈ ਜਾਣੀ ਐ ਫਿਰ ਹਿੰਡ ਕਰਕੇ ਪੈ ਜਾਣੀ ਐ ਚੱਲ ਪੁੱਤ ਇੱਕ ਮੁੰਡਾ ਹੋ ਜਾਊਗਾ ਮੁੰਡਾ ਹੈਗਾ ਤਾਂ ਹੈਗਾ ਬੇਬੇ ਰਾਣੀ ਕੋਲੇ ਸਾਡਾ ਕਿਹੜਾ ਕੋਈ ਫਰਕ ਹੈਗਾ ਪੁੱਤ ਉਹ ਆਪਦੇ ਮਾਂ ਪਿਓ ਦੀ ਢੇਰੀ 'ਚ ਐ ਭੈਣਾਂ ਦਾ ਭਾਈ ਹੋ ਜਾਊਗਾ ਐਂ ਕਿਉਂ ਕਰਦੀ ਫਿਰ ਕੀ ਹੁੰਦਾ ਉਹ ਕਿਹੜਾ ਭੈਣਾਂ ਦਾ ਭਾਈ ਨਹੀਂ ਬੇਬੇ ਜੇ ਕੋਈ ਸਮਝੇ ਭਰਾ ਹੈ ਉਹ ਤਾਂ ਹੈਗੇ ਆ ਪੁੱਤ ਫਿਰ ਵੀ ਪਤਾ ਹੀ ਨਹੀਂ ਹੁੰਦਾ ਕਿਹੜੇ ਵੇਲੇ ਫਰਕ ਪੈ ਜਾਂਦਾ ਕੋਈ ਫਰਕ ਨਹੀਂ ਪੈਂਦਾ ਬੇਬੇ ਮੰਨਦੀ ਨਹੀਂ ਭਾਈ ਤੂੰ ਤਾਂ ਤੇਰੀ ਮਾਂ ਨੂੰ ਕਹਿ ਕੇ ਦੇਖੂੰਗੀ ਫਿਰ ਤਾਂ ਆਖੇ ਲੱਗੇਗੀ ਉਹਦੇ ਤਾਂ ਲੈ ਮਾਂ ਨੂੰ ਕੀ ਕਹਿਣਾ ਤੂੰ ਵੀ ਮਾਂ ਹੀ ਐ ਹਾਂ ਸਮਝ ਲੈ ਫਿਰ ਚੱਲ ਮੈਂ ਤਾਂ ਤਰਾਂ ਫਿਰ ਦਾਲ ਪਾਣੀ ਇੱਕ ਵੇਲਾ ਹੋਈ ਜਾਂਦਾ ਧਰ ਲੈ ਪੁੱਤ ਹੋਰ ਫਿਰ ਮੱਛਰ ਹੋ ਜਾਂਦਾ ਲੈ ਕਰਦੀ ਐ ਮੁੰਡੇ ਨਾਲ ਕਰੂੰਗੀ ਹੁਣ ਗੱਲ ਜੇ ਤੂੰ ਆਊਗਾ ਆਥਣੇ ਜੱਸੇ ਆ ਗਿਆ ਪੁੱਤ ਹਾਂ ਬੇਬੇ ਆ ਜਾ ਬਹਿ ਜਾ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਮੇਰੇ ਨਾਲ ਹਾਂ ਦੱਸੋ ਗੱਲ ਤਾਂ ਐ ਸੀ ਪੁੱਤ ਮੈਂ ਕਿਹਾ ਬੱਬੀ ਦੀ ਵੀ ਰੱਬ ਨੇ ਸੁਣ ਲਈ ਪਹਿਲੀਆਂ 'ਚ ਪੁੱਤ ਦੇਤਾ ਦੇਖ ਉਹਦੇ ਕੰਨ ਤਾਂ ਮੈਂ ਬੇਫਿਕਰ ਹੋ ਗਈ ਹੁਣ ਮੈਨੂੰ ਤੇਰਾ ਫਿਕਰ ਰਹਿੰਦਾ ਪੁੱਤ ਜੇ ਤੈਨੂੰ ਵੀ ਇੱਕ ਪੁੱਤ ਦੇ ਰੱਬ ਫਿਰ ਮੇਰਾ ਮਰਨਾ ਸੌਖਾ ਹੋ ਜੇ ਪੁੱਤ ਕਈਆਂ ਹੀ ਗੱਲਾਂ ਕਰਦੀਆਂ ਬੇਬੇ ਆ ਦੂਜੇ ਬੱਚੇ ਵੇਲੇ ਵੀ ਤਾਂ ਇਹੀ ਰੱਟ ਲਾਈ ਹੋਈ ਸੀਗੀ ਚੱਲ ਸਾਨੂੰ ਰੱਬ ਨੇ ਧੀ ਦੇਤੀ ਅਸੀਂ ਤਾਂ ਬਥੇਰੇ ਖੁਸ਼ ਹਾਂ ਹੈਨਾ ਸਾਡੇ ਤੇ ਇਹੀ ਪੁੱਤ ਨੇ ਹੁਣ ਖੁਸ਼ ਤਾਂ ਤੂੰ ਹੈਗਾ ਪੁੱਤ ਇਹਨਾਂ ਜਵਾਕੜੀਆਂ ਬਾਰੇ ਸੋਚ ਜਦੋਂ ਇਹ ਵੱਡੀਆਂ ਹੋ ਗਈਆਂ
ਇਹਨਾਂ ਨੂੰ ਆਪਦੇ ਭਰਾ ਦੀ ਘਾਟ ਨਹੀਂ ਮਹਿਸੂਸ ਹੋਊਗੀ। ਦੇਖ ਲੈ ਰਾਣੀ, ਮੈਂ ਤੈਨੂੰ ਕਿਹਾ ਨਹੀਂ ਸੀ ਵੀ ਬੇਬੇ ਹਿੰਡ ਕਰੀ ਬੈਠੀ ਹੈ? ਕੀ ਹੋ ਗਿਆ ਬੇਬੇ, ਕਿਉਂ ਐ ਹਿੰਡ ਕਰਦੀ ਹੁੰਨੀ ਐ? ਗਾਹਾਂ ਜਵਾਕਾਂ ਦੇ ਵੱਡੇ ਹੋਣ ਦੇ ਖਰਚੇ ਥੋੜੇ ਨੇ, ਪੜ੍ਹਾਈਆਂ ਹੀ ਨਹੀਂ ਮਾਣ ਹੈਗੀਆਂ। ਪੜ੍ਹਾਈਆਂ ਕਿਉਂ ਨਹੀਂ ਮਾਣ, ਸਭ ਕੁਛ ਹੋ ਜੂਗਾ, ਆਪਦੀ ਕਿਸਮਤ ਲਿਖਿਆ ਕੇ ਲਿਆਉਂਦਾ ਬੱਚਾ। ਨਾਲੇ ਇਹਦਾ ਜਾਪਾ ਤਾਂ ਆਪਰੇਸ਼ਨ ਨਾਲ ਹੁੰਦਾ ਹੈ, ਧੀ ਪੁੱਤਾਂ ਬਾਅਦ ਦੀ ਗੱਲ ਹੈ। ਪਹਿਲਾਂ ਤਾਂ ਵੱਡੇ ਆਪਰੇਸ਼ਨ ਵਾਸਤੇ ਚਾਹੀਦੇ 1,00,000 ਰੁਪਈਆ। ਪਹਿਲਾਂ 2 ਕੁੜੀਆਂ ਨਹੀਂ ਵੱਡੇ ਆਪਰੇਸ਼ਨ ਨਾਲ ਹੋਈਆਂ, ਤੂੰ ਇਹਨਾਂ ਬਚਨਾਂ ਦੇ ਮਗਰ ਲੱਗਿਆ ਕਰ। ਬਹਿ ਜਾਣੀ ਚੁੱਪ ਕਰਕੇ, 1,00,000 ਰੁਪਈਏ ਦੀ ਕੀ ਗੱਲ ਹੈ? ਮੈਂ ਤਾਂ 5,00,000 ਲਾਉਣ ਨੂੰ ਵੀ ਤਿਆਰ ਹਾਂ ਮੇਰੇ ਪੁੱਤ 'ਤੇ। ਰੱਬ ਸੁਣੇ ਸਹੀ ਮੇਰੇ ਪੁੱਤ ਦੀ, ਪੁੱਤ ਦੇਵੇ। ਕਿਉਂ ਬੇਬੇ ਕਮਲੀਆਂ ਗੱਲਾਂ ਕਰਦੀਆਂ, ਧੀਆਂ ਪੁੱਤਾਂ 'ਚ ਫਰਕ ਹੈ ਕੋਈ ਅੱਜ ਕੱਲ੍ਹ? ਫਰਕ ਤਾਂ ਪੁੱਤ ਰੱਬ ਨੇ ਕਰਕੇ ਭੇਜਿਆ, ਕਦੇ ਤੈਂ ਸੁਣਿਆ ਵੀ ਧੀਆਂ ਨੇ ਮਾਪੇ ਸਾਹਮਣੇ ਹੋਣ, ਕਦੇ ਬਗਾਨੇ ਪੁੱਤ ਨੇ ਸੱਸ ਸਹੁਰਾ ਮਾਂ ਬਾਪ ਸਮਝੇ ਨੇ? ਬਗਾਨਾ ਤਾਂ ਬਗਾਨਾ ਹੀ ਹੁੰਦਾ ਪੁੱਤ। ਬੇਬੇ ਤੂੰ ਆਹ ਗੱਲਾਂ ਦਾ ਪਹਿਲੀ ਕਿਉਂ ਟੈਨਸ਼ਨ ਲਈ ਜਾਂਦੀ ਹੈ? ਦੇਖੀ ਜਾਊਗੀ ਜਦੋਂ ਇਹ ਗੱਲਾਂ ਹੋਣਗੀਆਂ। ਨਾਲੇ ਬੇਬੇ ਅਸੀਂ ਤਾਂ ਕਦੇ ਉਈ ਨਹੀਂ ਫਰਕ ਸਮਝਿਆ, ਅਸਾਂ ਤਿੰਨਾਂ ਨੂੰ ਇੱਕੋ ਜਿਹਾ ਸਮਝਦੇ ਹਾਂ, ਜਿਹੋ ਜਿਹੇ ਕੁੜੀਆਂ ਉਹੋ ਜਿਹਾ ਦੀਪੂ। ਵਜ੍ਹਾ ਨਹੀਂ ਵਜ੍ਹਾ ਜਾਣਦੀ ਮੈਂ ਤੈਨੂੰ ਚਤਰੋ ਨੂੰ, ਸ਼ਰੀਕ ਕਦੋਂ ਕਹਿਣਾ ਹੁੰਦਾ ਵੀ ਕਿਸੇ ਦੀ ਭੈਣ ਭਾਈ ਦੀ ਸ਼ਰੀਕ ਦੀ ਦੇਹੜੀ ਵਧੇ? ਕਿਉਂ ਬੇਬੇ ਇਹ ਗੱਲਾਂ ਕਰਦੀਆਂ ਤੂੰ? ਹੈਂ, ਸਾਡੇ 'ਚ ਕੋਈ ਫਰਕ ਹੀ ਨਹੀਂ ਹੈਗਾ, ਨਾ ਸਾਡੇ ਭਾਈਆਂ 'ਚ ਕਦੇ ਫਰਕ ਹੈ, ਨਾ ਇਹਨਾਂ ਨੇ ਕਦੇ ਸਾਨੂੰ ਸ਼ਰੀਕ ਸਮਝੇ, ਨਾ ਅਸੀਂ ਸਮਝੇ ਇਹਨਾਂ ਨੂੰ। ਪੁੱਤ ਸਦਾ ਇਹ ਟਾਈਮ ਨਹੀਂ ਰਹਿੰਦੇ ਹੁੰਦੇ, ਮੇਰੀ ਕਹੀ ਗੱਲ ਦਾ ਵਿਚਾਰ ਕਰ ਲੈ। ਉਈ ਮਾਰੀ ਜਾਂਦੀ ਹੈ ਬੇਬੇ, ਕਰ ਲੈ ਵਿਚਾਰ। ਚੱਲ ਪੁੱਤ ਤੁਸੀਂ ਪੀਂ ਜੋ, ਹੋਰ ਚੱਲ ਚੁੱਟੇ ਲੈ ਲਓ। ਦੇਣਾ ਚੁੱਟੇ ਲੈਣਾ। ਬੇਬੇ ਰੋਟੀ ਲਿਆਵਾਂ? ਨਾ ਮੈਂ ਨਹੀਂ ਖਾਂਦੀ ਰੋਟੀ, ਭੁੱਖ ਹੈ ਨਹੀਂ ਮੈਨੂੰ ਤਾਂ। ਜੇ ਭੁੱਖ ਨਹੀਂ ਫਿਰ ਖਿਚੜੀ ਬਣਾਈ ਹੈਗੀ? ਨਾ ਨਾ, ਖਿਚੜੀ ਵੀ ਨਹੀਂ ਖਾਂਦੀ ਮੈਂ। ਥੋੜੀ ਜਿਹੀ ਲਿਆ ਲੈਣੀ ਆ? ਨਾ, ਕੁਛ ਨਹੀਂ ਖਾਂਦੀ। ਜੇ ਦੁੱਧ ਪਾ ਕੇ ਖਾ ਲੈ ਜਾਂ ਦਹੀਂ ਪਾ ਕੇ ਖਾ ਲੈ? ਨਹੀਂ, ਨੰਗਦੀ ਨਹੀਂ ਮੇਰੇ ਤਾਂ ਕਾਸੇ ਨਾਲ। ਫਿਰ ਦਵਾਈ ਦਵੂਈ ਲੈ ਲਿਓ ਕੋਈ ਬੇਬੇ, ਐਂ ਕੀ ਬਣੂਗਾ? ਦਵਾਈ ਤੋਂ ਮੈਥੋਂ ਕੀ ਕਰਾਉਣਾ, ਚਾਹੇ ਮਾਰਾਂ ਚਾਹੇ ਬਚਾਂ, ਤੁਸੀਂ ਦਵਾਈ ਤੋਂ ਕੀ ਲੈਣਾ? ਪੁੱਠੀਆਂ ਗੱਲਾਂ ਕਰਦੀਆਂ। ਪੁੱਠੀਆਂ ਕਿਉਂ ਕਰਦੀਆਂ, ਕੋਈ ਸੁਣਦਾ ਹੀ ਨਹੀਂ ਜਦੋਂ ਕੋਈ ਮੈਨੂੰ ਪੁੱਛਦਾ ਹੀ ਨਹੀਂ। ਮੈਥੋਂ ਕੀ ਕਰਾਉਣਾ ਕਿਸੇ ਨੇ? ਖਿਚੜੀ ਖਾ ਲੈ। ਨਹੀਂ ਮੈਂ ਖਾਂਦੀ ਖਿਚੜੀ, ਲੈ ਜਾ ਖਾ ਲੈ ਦੋ ਭੋਰੇ, ਲੈ ਫੜ। ਨਹੀਂ ਹੈਗੀ ਭੁੱਖ, ਭੁੱਖ ਲੱਗੇ ਵੀ ਕਿਵੇਂ ਜਦੋਂ ਕੋਈ ਸੁਣਦਾ ਨਹੀਂ ਗਿਣਦਾ ਨਹੀਂ ਮੇਰੀ, ਮੈਨੂੰ ਕਿਹੜਾ ਕੋਈ ਪੁੱਛਦਾ? ਕਰਨੀ ਤਾਂ ਤੁਸੀਂ ਆਪਦੀ ਮਰਜ਼ੀ ਹੈ, ਮੈਂ ਰੱਖੀ ਆ, ਮੈਂ ਤਾਂ ਮਾਰਾਂ ਜਾਈ ਖਾਪਾਂ ਕੁਛ ਹੋਈ ਜਾਵੇ, ਮੇਰਾ ਕਿਹੜਾ ਕਿਸੇ ਨੂੰ ਫਿਕਰ ਹੈ? ਆਰਾਮ ਕਰੋ ਤੁਸੀਂ ਆਪਦਾ, ਮੇਰਾ ਕੋਈ ਕਿਸੇ ਨੂੰ ਫਿਕਰ ਨਹੀਂ, ਫਾਕਾ ਨਹੀਂ ਮੇਰਾ, ਕਿਹੜੇ ਕੋਈ ਸੁਣਦਾ ਹੈ ਵੀ ਮਨ ਦੀ ਰੀਝ ਕਰ ਲੂੰਗੀ ਪੂਰੀ। ਤੁਹਾਨੂੰ ਮੌਜਾਂ ਨੇ, ਤੁਸੀਂ ਆਪਦੀਆਂ ਪਕਾ ਲਓ। ਚੱਲ ਕੋਈ ਨਾ, ਰੋਟੀ ਤਾਂ ਖਾ ਲੈ, ਇਹਦੇ ਨਾਲ ਕੀ ਗੁੱਸਾ, ਖਾ ਲੈ ਰੋਟੀ। ਨਾ ਨਾ, ਲੰਘਦੀ ਨਹੀਂ ਬਾਈ ਰੋਟੀ, ਰੋਟੀ ਵੀ ਫੇਰ ਹੀ ਲੰਘਦੀ ਜੇ ਕੋਈ ਦਿਮਾਗ ਠੀਕ ਹੋਊਗਾ। ਰੋਟੀ ਪੁੱਛਦੀਆਂ ਨੇ, ਗੱਲ ਸੁਣਦੀਆਂ ਨੇ, ਰੋਟੀ ਤਾਂ ਫੇਰ ਹੀ ਪੁੱਛਣਾ ਵੀ ਜੇ ਕੋਈ ਭਾਈ ਤੁਸੀਂ ਗੱਲ ਮੰਨਦੀ ਹੋ ਮੇਰੀ ਸੁਣਦੀ ਹੋ। ਉਧਰੋਂ ਮੁੰਡੇ ਨੂੰ ਸਿਖਾ ਦਿੰਦੀਆਂ ਨੇ, ਉਹ ਨਹੀਂ ਖੜੇ ਤੂੰ ਹੋਰ ਨਹੀਂ ਲੱਗਣ ਦਿੰਦਾ। ਤੁਸੀਂ ਜ਼ਿਆਦਾ ਸਿਆਣੀਆਂ ਹੋ ਗਈਆਂ, ਅਸੀਂ ਤਾਂ ਜਮੀ ਕਾਮਲੇ ਹਾਂ, ਇਹਨਾਂ ਨੇ ਇੰਨੀ ਉਮਰ ਲੈ ਲਈ, ਅਸੀਂ ਤਾਂ ਕਾਮਲੀਆਂ ਬਣਾਤੀਆਂ, ਤੁਸੀਂ ਹੋ ਗਏ ਸਿਆਣੇ, ਕੌਣ ਮੱਥਾ ਮਾਰੇ ਇਹਨਾਂ ਨਾਲ, ਇਹ ਨਹੀਂ ਹੁਣ ਗੋਲਦੀਆਂ ਹੈਗੀਆਂ, ਇਹ ਤਾਂ ਕੇਰੇ ਹੀ ਰੱਬ ਬਣ ਰਹੀਆਂ ਨੇ, ਵੀ ਅਸੀਂ ਤਾਂ ਰੱਬ ਬਣ ਗਈਆਂ ਬਸ। ਆ ਗਏ ਤੁਸੀਂ? ਹਾਂ, ਮੈਂ ਤਾਂ ਸਰਜੀਤ ਕੇ ਵਗੇ ਦੀ ਖੇਤ ਕਾਹਨੂੰ ਗਿਆ ਹਜੇ? ਅੱਛਾ, ਉਹ ਬੋਰ ਕਰਦੇ ਨੇ, ਬੋਰ ਖੜ ਗਿਆ ਨਾ ਉਹਨਾਂ ਦਾ। ਅੱਛਾ, ਉਹ ਕਹਿੰਦਾ ਫਿਰ ਤਾਂ ਮੇਰੇ ਮਾਮੇ ਦਾ ਮੁੰਡਾ ਆ ਜਾਊਗਾ 2 ਘੰਟੇ ਸਾਡੇ ਨਾਲ, ਲਵਾ ਜਾ। ਮੈਂ ਚੱਲ ਲਵਾਇਆ ਉਹਨਾਂ। ਆ ਬੇਬੇ ਦੇਖ ਲੈ, ਰੋਟੀ ਨਹੀਂ ਖਾਧੀ, ਰੋਟੀ ਨਹੀਂ ਫੜੀ, ਬੜਬੜ ਕਰਨ ਲੱਗ ਗਈ। ਕਿਉਂ? ਹੋਰ ਬਾਲੀ ਕੁਛ ਬੋਲੀ, ਆ ਪੁੱਛ ਰਾਣੀ ਨੂੰ ਕੀ ਕਹਿੰਦੀ, ਕਹਿੰਦੀ ਮੇਰੇ ਤਾਂ ਜੀ ਨਹੀਂ ਕਰਦਾ। ਨਾ ਗੱਲ ਕੀ, ਮੇਰੀ ਕਿਹੜੇ ਪੁੱਗਣ ਦੇਣੀ ਹੋ, ਤੁਸੀਂ ਫਲਾਣਾ ਦੇਣੀ ਹੋ, ਧੋਖਾ ਦੇਣੀ, ਬਸ ਉਹੀ ਗੱਲ। ਅੱਛਾ, ਹੋਰ ਮੇਰੇ ਸੁਣਦੇ ਨਹੀਂ, ਮੈਂ ਰੋਟੀ ਖਾਂਦੀ, ਮੈਂ ਮਰ ਜਾਂ ਖੱਪ ਜਾਂ, ਤੁਹਾਡੇ ਕੋਲ ਕੁਛ ਮਰਜ਼ੀ ਹੋ ਜਾਵੇ, ਮੈਨੂੰ ਨਾ ਛੇੜਿਓ, ਆਹ ਨਾ ਕਰੋ, ਵਾਹ ਨਾ ਕਰੋ। ਅੱਛਾ ਜੀ, ਹੋਰ ਮੈਂ ਕਿ ਬੇਬੇ ਨਾ ਲੈ, ਚੱਲ ਨਾ ਕਿ ਭੁੱਖ ਭੱਖ ਲੱਗ ਜੂਗੀ। ਕਹਿੰਦੀ ਨਾ ਕਿ ਲੱਗਣ ਵਾਲੀ ਭੁੱਖ ਨਹੀਂ ਹੈਗੀ, ਇਹ ਕਿ ਰੋਟੀ ਦੀ ਭੁੱਖ ਹੈ, ਮੈਨੂੰ ਨਾ ਕਿ ਲੱਗੇ, ਮੇਰੀ ਜਿਹੜੀ ਭੁੱਖ ਹੈ ਮੇਰੀ ਉਹ ਤਾਂ ਪੂਰੀ ਨਹੀਂ ਹੁੰਦੀ। ਮੈਂ ਵਧੀਆ ਪਾਸ ਦੇ ਖੇਡਦੇ ਆ, ਦੱਸ ਕੀ ਹੋਇਆ ਕਲੇਸ਼ ਪਾਉਣ ਨੂੰ ਹੈ। ਚੱਲ ਮੈਂ ਕਹਿ ਦਿੰਦਾ ਫਿਰ, ਪੁੱਛ ਬੜਾ ਯਾਰ, ਹੁਣ ਬਾਹਰ ਜਾ ਕੇ ਬਹਿ ਗਈ ਬੜਾ। ਮੈਂ ਤਾਂ ਕਹਿੰਦੀ ਮੈਂ ਤਾਂ ਕਲੇਸ਼ ਲੋਟ ਨਹੀਂ ਆਉਂਦਾ ਘਰੇ। ਚੱਲ ਤੁਸੀਂ ਕੰਮ ਕਰੋ, ਮੈਂ ਪੁੱਛ, ਚੱਲ ਕਰਦੀ ਹਾਂ। ਬੇਬੇ ਰੋਟੀ ਨਹੀਂ ਖਾਧੀ ਤੂੰ, ਕੁਛ ਦੁਖਦਾ ਤੇਰਾ? ਨਾ ਕੁਛ ਨਹੀਂ ਦੁਖਦਾ,
फिर रोटी तो खा लेंदी? वही नहीं खाधी रोटी तो बस। तेनू की ना कहता भी दुखदा कुसा? तो मैनू तो कानू कहा किसी ने? फिर रोटी तो खा लेंदी भला? जे हुण रोटी दी भुख ही नहीं? भुख नहीं फिर नहा नू लै, कोई दवाई ले दवा लिया उन्हें तेनू? अनजान ना बन तू, मैं तेरी माँ जन्म दिता तेनू, सब जानदा तू भी क्यों नहीं रोटी खाधी। कोई अनजान नहीं है, मेरे नाल चलाकियां ना करया करो। लै बेबे चलाकियां दस कादियां नहीं है, और तू तो हुण हिंड करके बह गई। तेनू दस्या तो है भी दो कुड़ियां है अपने वधिया हसदे खेडदे ने गे, वधिया चल भाई है उन्हां दा। दस कोई गल है फिर की हुंदा? हुंदा तो की है, चल फिर भी आपदे थां टिकाणे जवाक दी सोच तो हुंदी होई है। सोच नूं फिर इह तां हुण रब दे घर दा हुण की पता हुंदा, इह तां कोई पता नहीं ना, कहड़ा गरंटी है कोई? गरंटियां तो कादियां ने, कोई रब तो नहीं रुसिया, आपदे कर्म लिखा के लियांदा जवाक। ਅਸੀਂ ਤਾਂ ਕਹਿੰਦੇ ਹਾਂ ਜਿਹੜਾ ਕੋਈ ਲਿਖਿਆ ਫਿਰ ਉਹ ਬਣ ਜੂਗਾ, ਜੇ ਤੁਹਾਡੇ ਦਿਮਾਗ 'ਚ ਹੈ। ਹੈ ਮੈਨੂੰ ਵੀ ਐਂ ਸੋਚ ਹੈ ਵੀ ਜਵਾਕੜੀਆਂ ਢੱਕੀਆਂ ਜਾਣਗੀਆਂ। ਹੁਣ ਤੂੰ ਤਾਂ ਪਹਿਲਾਂ ਵੀ ਐਂ ਚੰਗੇ ਨੂੰ ਸੋਚਦਾ ਹੁੰਦਾ ਮਾਂ ਬਾਪ, ਮਾੜਾ ਤਾਂ ਨਹੀਂ ਸੋਚਦਾ ਹੁੰਦਾ ਧੀ ਪੁੱਤ ਵਾਸਤੇ? ਚੰਗੇ ਨੂੰ ਤਾਂ ਸੋਚਦੇ, ਸਾਰੇ ਦੀ ਗੱਲ ਨਹੀਂ ਨਾ ਫਿਰ ਕੋਈ। ਹੋਰ ਤੂੰ ਖਾ ਲੈ ਰੋਟੀ, ਤੁਸੀਂ ਆਪਦਾ ਦਿਮਾਗ ਟਿਕਾਣੇ ਰੱਖੋ, ਰੋਟੀਆਂ ਰੋਟੀਆਂ ਕੋਈ ਗੱਲ ਨਹੀਂ। ਸਾਡਾ ਤਾਂ ਟਿਕਾਣੀ ਹੈ ਦਿਮਾਗ ਤਾਂ? ਮੈਂ ਤਾਂ ਭਾਈ ਜਦੋਂ ਕਿਸੇ ਨੇ ਮੰਨਣੀ ਨਹੀਂ, ਮੈਂ ਤਾਂ ਜਾ ਕੇ ਗੁਰਦੁਆਰੇ ਬਹਿ ਜਾਂਦੀ ਹਾਂ, ਸੇਵਾ ਕਰੀ ਜਾਊਂਗੀ ਜਿਹੋ ਜਿਹੀ ਹੋਊਗੀ, ਦੋ ਰੋਟੀਆਂ ਖਾ ਲਿਆ ਕਰੂੰਗੀ, ਹੋਰ ਕੀ ਹੈ ਝਾੜੂ ਝੂੜੂ ਮਾਰ ਕੇ ਐਵੇਂ ਬਹਿ ਜਾਂਦੀ ਹਾਂ ਗੁਰਦੁਆਰੇ। ਹੋਰ ਫਿਰ ਜਦੋਂ ਕੋਈ ਆਖੇ ਨਹੀਂ ਲੱਗਦਾ, ਬੈਠਣਾ ਹੀ ਪਊ। ਐਂ ਤਾਂ ਨਹੀਂ ਇਹ ਮੰਨਦਾ ਹੈਗਾ, ਇਹ ਤਾਂ ਲੀਹ 'ਤੇ ਨਹੀਂ ਆਉਂਦਾ ਕਿਸੇ ਗੱਲ ਨਾਲ, ਸਾਰੀਆਂ ਗੱਲਾਂ ਕਰਕੇ ਦੇਖ ਲਈਆਂ। ਅਤੇ ਹੁਣ ਮੈਂ ਐਂ ਕਰਦੀ ਹਾਂ, ਇਹਦੀ ਭੂਆ ਨੂੰ ਸੱਦੀ ਹਾਂ, ਉਹ ਤਾਂ ਭਾਵਾਂ ਇਹਦੇ ਕੋਈ ਦਿਮਾਗ 'ਚ ਵਾੜ ਦੇ ਗੱਲ, ਨਹੀਂ ਤਾਂ ਮੁਸ਼ਕਲ ਹੈ। ਊਂ ਤਾਂ ਸੁੱਖ ਸਾਂਦ ਹੈ, ਤਾਂ ਫੋਨ ਜਿਹਾ ਕਰਿਆ ਸੀ, ਮੈਨੂੰ ਤਾਂ ਬਾਹਲਾ ਹੀ ਫਿਕਰ ਲੱਗ ਗਿਆ, ਮੈਂ ਕਿਹਾ ਹੁਣ ਹੀ ਜਾਵਾਂ ਛੇਤੀ। ਨਾ ਠੀਕ ਠਾਕ ਹੈ, ਫੋਨ ਤਾਂ ਫਿਰ ਕਰਿਆ ਸੀ, ਮੈਂ ਕਿਹਾ ਚੱਲ ਸੱਦ ਲੈਂਦੀ ਹਾਂ, ਮੈਂ ਕਿਹਾ ਤੇਰੀ ਭੂਆ ਨੂੰ, ਮੈਂ ਕਿਹਾ ਸਿਆਣੀ ਹੈ ਭਾਈ ਮਾੜਾ ਜਿਹਾ। ਕੀ ਗੱਲ ਹੋ ਗਈ? ਮੈਂ ਐਂ ਕਹਿੰਦੀ ਸੀ ਬੀਬੀ, ਮੈਂ ਕਿਹਾ ਚੱਲ ਦੋ ਕੁੜੀਆਂ ਨੇ ਜੱਸੇ ਦੇ, ਮੈਂ ਕਿਹਾ ਚੱਲ ਚਾਂਸ ਹੋਰ ਦੇਖ ਲੈਂਦੇ, ਰੱਬ ਜਵਾਕ ਦੇ ਦਿੰਦਾ, ਢੱਕੀਆਂ ਜਾਂਦੀਆਂ ਜਵਾਕੜੀਆਂ। ਕੋਈ ਡਰ ਨਹੀਂ? ਐਂ ਕਹਿੰਦੀ ਸੀ ਮੈਨਾਂ ਨੂੰ। ਹਜੇ ਕਿਹੜਾ ਇਹਨਾਂ ਦੀ ਉਮਰ ਵਿਆਹ ਜੀ? ਹਾਂ, ਇਹ ਮੇਰੀ ਮੰਨਦੇ ਨਹੀਂ ਹੈਗੇ ਜਵਾਕ। ਕੀ ਕਹਿੰਦੇ ਕੀ ਨੇ? ਇਹ ਕਹਿੰਦੇ ਵੀ ਸਾਨੂੰ ਤਾਂ ਕੁੜੀਆਂ ਹੀ ਠੀਕ ਨੇ। ਲੈ ਕੁੜੀਆਂ ਨਾਲ ਥੋੜ੍ਹੀ ਕਿਤੇ ਹੋਰ ਹੁੰਦਾ, ਆਖੇ ਜੇ ਫੇਰ ਨਾ ਕੁੜੀ ਹੋ ਜੇ। ਕੋਈ ਨਾ ਹੋ ਜੂਗੀ ਫਿਰ ਕੀ ਹੋਊਗਾ? ਮੈਂ ਦੇਖੀ ਜਾਊਗੀ ਭਾਈ ਪਰਮਾਤਮਾ ਦੇ ਘਰੋਂ, ਜੇ ਕੋਈ ਰੱਬ ਨੇ ਲਿਖਿਆ ਹੋਊ ਮਕਾਨ, ਉਹ ਵੀ ਆਪਦਾ ਕਰਮ ਲਿਖਿਆ ਕੇ ਲਿਆਊ। ਨਾਲੇ ਐਂ ਜ਼ਰੂਰੀ ਥੋੜ੍ਹਾ ਵੀ ਤੇਰੇ ਕੁੜੀਆਂ ਹੀ ਹੋਣਗੀਆਂ। ਹਾਂ ਵੀ ਐਂ ਕੀ ਮਾਂ ਮਾਰੇ ਨੇ ਸਾਰੇ ਤਾਂ ਨਹੀਂ ਕੁੜੀਆਂ ਹੋਣਗੀਆਂ। ਆ ਇਹਦੇ ਬਚਨ ਆਉਂਦੇ ਦੇਖ, ਤਿੰਨ ਕੁੜੀਆਂ ਮਗਰੋਂ ਭਤੀਜੇ ਦੇ ਮੁੰਡਾ ਹੋਇਆ, ਫਿਰ ਕੱਲ੍ਹ ਲੱਡੂ ਦੇਣ ਆਈ ਤੀ ਪਰਸੋਂ। ਹਾਂ ਇਹ ਥੜੇ ਥੂ ਨਹੀਂ ਲੱਗਣ ਦਿੰਦੇ ਮੈਨੂੰ, ਐਂ ਹੋ ਰਿਹਾ ਵੀ ਜੇ ਇੱਕ ਜਵਾਕ ਹੋ ਜੇ ਕੁੜੀਆਂ ਢੱਕੀਆਂ ਜਾਣ। ਹਾਂ ਹੋਰ ਕੋਈ ਨਾ, ਕਹਾਂਗੇ ਜ਼ਰੂਰ ਕਹਾਂਗੇ। ਹਾਂ ਇਹ ਕਿਹੜੀ ਗੱਲ ਹੈ ਵੀ ਇਹ ਆਪਣੀ ਮੰਨਣਗੇ ਨਹੀਂ? ਹੋਰ ਫਿਰ ਮੇਰੇ ਬੇਟੀ ਦੇ ਦਿਮਾਗ 'ਚ ਆਇਆ, ਮੈਂ ਕਿਹਾ ਮੈਂ ਇਹਦੀ ਭੂਆ ਨੂੰ ਸੱਦਾਂ ਜੇ ਉਹਦੇ ਆਖੇ ਲੱਗ ਜਾਣ। ਮੈਂ ਤਾਂ ਹੁਣ ਕਹੀ ਜਾਂਦੀ ਹਾਂ, ਕੱਲ੍ਹ ਕਹੀ ਗਈ ਤੜਕੇ ਮੁੰਡੇ ਨੂੰ ਕਹੀ ਗਈ ਮੰਜੇ 'ਤੇ ਬਿਠਾ ਕੇ, ਅਤੇ ਮੇਰੇ ਤੋਂ ਇਹ ਗੱਲ ਹੀ ਨਹੀਂ ਸੁਣਦੇ। ਜਦੋਂ ਗੱਲ ਨਹੀਂ ਸੁਣਦੇ ਭਾਈ, ਮੈਨੂੰ ਤਾਂ ਅੰਦਰ ਬਸ ਐਂ ਕਲੇਡ ਜਿਹਾ ਹੋਇਆ ਪਿਆ, ਨਾ ਮੈਂ ਰੋਟੀ ਖਾਧੀ ਹੈ। ਲੈ ਦੱਸ ਰੋਟੀ ਕਾਹਦੇ ਵਾਸਤੇ ਛੱਡਣੀ ਸੀ? ਬਿਮਾਰ ਹੋ ਜਾਏਗੀ ਗਰਮੀ ਦਾ ਮਹੀਨਾ ਹੈ। ਬਸ ਦਿਮਾਗ ਐਂ ਹੋਇਆ ਪਿਆ ਵੀ ਆਖੇ ਕਿਉਂ ਨਹੀਂ ਲੱਗਦੇ। ਚੱਲ ਪੁੱਛਾਂਗੇ ਬਿਠਾ ਕੇ ਫਿਰ ਕੀ ਗੱਲ ਹੈ ਇਹ, ਕਿਉਂ ਨਹੀਂ ਆਖੇ ਲੱਗਦੇ? ਹੋਰ ਐਂ ਕਹਿੰਦੀ ਸੀ ਮੈਂ ਵੀ, ਨਾ ਸੁਣੂੰਗਾ ਪਰਮਾਤਮਾ। ਸਿਆਣਾ ਬੰਦਾ ਤਾਂ ਮੱਤ ਹੀ ਦਿੰਦਾ ਸਿਆਣੀ, ਚੱਲ ਹੋਰ ਹੁਣ। ਫਿਰ ਮੈਂ ਤੜਕੇ ਭਾਈ ਹਰਖ 'ਚ ਕਿਹਾ, ਮੈਂ ਕਿਹਾ ਮੈਂ ਤਾਂ ਗੁਰਦੁਆਰੇ ਵਗ ਜਾਂਦੀ ਹਾਂ, ਜਦੋਂ ਕੋਈ ਆਖੇ ਨਹੀਂ ਲੱਗਦਾ ਮੇਰੇ, ਮੇਰਾ ਫਿਰ ਇੱਥੇ ਰਹੀ ਦਾ ਕੀ ਫਾਇਦਾ ਕਰੇ? ਨਹੀਂ ਗੁਰਦੁਆਰੇ ਤਾਂ ਕੀ ਹੈ, ਜੇ ਤਾਂ ਹੁਣ ਰੋਟੀ ਦਿੰਦੇ ਨਾ ਹੋਣ, ਬੁਲਾਉਂਦੇ ਨਾ ਹੋਣ, ਫਿਰ ਤਾਂ ਹੈਗਾ ਨਾ। ਰੋਟੀ ਤਾਂ ਦਿੰਦੇ ਨੇ, ਹਲ ਕਰ ਵੀ ਆਖੇ ਵੀ ਲੱਗਣਾ ਚਾਹੀਦਾ ਬੀਬੀ। ਖੈਰ ਇਹ ਤਾਂ ਇਹਨਾਂ ਨੂੰ ਆਪ ਨੂੰ ਵੀ ਸਿਆਣੇ ਹੋਣਾ ਚਾਹੀਦਾ। ਹੋਰ ਦੱਸ, ਧੀਆਂ ਢੱਕੀਆਂ ਜਾਣ? ਹੋਰ ਨਾਲੇ ਧੀਆਂ ਨਾਲ ਕਿਹੜਾ ਟੱਬਰ ਹੁੰਦਾ, ਤਾਂ ਬਗਾਨਾ ਤਾਂ ਹੁੰਦਾ। ਬਗਾਨਾ ਤਾਂ ਹੁੰਦਾ, ਹਾਂ ਦੇਹੜੀ ਤਾਂ ਜਵਾਕਾਂ ਨਾਲ ਹੀ ਬਣੀ ਹੈ, ਇਹ ਤਾਂ ਹੈਗਾ ਹੀ ਹੈ। ਨਾ ਸੁਣੂਗਾ, ਨਿਉਂ ਜੜ ਤਾਂ ਸੁੱਖ ਨਾਲ ਜਵਾਕਾਂ ਨਾਲ ਹੀ ਲੱਗਦੀ ਹੈ। ਇਹ ਤਾਂ ਹੈ, ਕੀ ਪਤਾ ਬਗਾਨਾ ਕਿਹੋ ਜਿਹਾ ਟੱਕਰੂਗਾ ਕੋਈ ਇਹਨਾਂ ਨੂੰ, ਨਾ ਬਈ ਇਹਨਾਂ ਦੀ ਕਿਸਮਤ ਇਹਨਾਂ ਨਾਲ ਹੈ। ਨਾ 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 ਕੋਈ ਪਤਾ ਨਹੀਂ, ਜਦੋਂ ਮਰਜ਼ੀ ਧੀਆਂ ਦੇ ਕੇ ਪੁੱਤ ਬਣਾ ਲਿਆ, ਕਾਹਨੂੰ ਪੁੱਤ ਬਣਦੇ ਨੇ? ਨਾ ਨਾ ਬਣਦੇ ਨਹੀਂ, ਐਵੇਂ ਵਾਧੂ ਵਹਿਮ ਹੈ, ਆਪਾਂ ਦੇਖੇ ਨਹੀਂ। ਹੁਣ ਵੀ ਨਾਲ ਹੋਈ ਹੈ, ਹੋਈ ਹੈ ਭੂਆ, ਤੈਨੂੰ ਪਤਾ ਭੈਣੇ ਕਿਵੇਂ ਆਈ ਹੈ? ਮੈਨੂੰ ਬੇਬੇ ਨੇ ਫੋਨ ਕਰਕੇ ਸੱਦੀ ਹੈ। ਆ ਜਾ ਬੇਟਾ,
ਫਰੈਂਡ ਲੜ ਜੂ ਇਹਦੇ ਵਿੱਚੋਂ ਹੋਰ ਆ ਜਾ ਉਰੇ ਅੱਛਾ ਹਾਂ ਮੈਨੂੰ ਪੁੱਛਦੀ ਜੱਸਾ ਕਦੋਂ ਕਹੂਗਾ ਕੀ ਕਹਿੰਦੀ ਆਥਣ ਕਰਦੇ ਬੇਬੇ ਕਹਿੰਦੀ ਅੱਜ ਤਾਂ ਇਹ ਰਹੂਗੀ ਮੈਂ ਕਿਹਾ ਕੋਈ ਨਾ ਰਹਿਣ ਦੇ ਵਧੀਆ ਸੰਗ ਭੂਆ ਨੂੰ ਕਿਹੜਾ ਰੋਜ਼ ਆਇਆ ਜਾਂਦਾ ਹੈਗਾ ਕਰਿਆ ਹੋਊਗਾ ਫਿਰ ਫੋਨ ਤਾਂ ਹੀ ਕਹਿੰਦੀ ਸੀ ਮੈਂ ਤਾਂ ਉਹੀ ਉੱਠ ਕੇ ਆ ਗਈ ਡਾਉਂ ਜਾ ਉੱਠਿਆ ਮੇਰੇ ਤਾਂ ਹੀ ਨਹੀਂ ਮੈਂ ਤਾਂ ਜੱਸੇ ਨੂੰ ਫੋਨ ਕਰਿਆ ਚੱਲ ਕੋਈ ਨਾ ਕਰ ਲੈਂਦੇ ਗੱਲਾਂ ਬਾਤਾਂ ਜੇ ਰੋਟੀ ਖਾ ਲਏ ਤੇਰੀ ਮੰਮੀ ਹਰੇ ਕਿੱਥੇ ਨੇ ਉਹ ਇੱਧਰ ਕੱਪੜੇ ਸਹੀ ਜਾਂਦੀਆਂ ਨੇ ਤੇਰੀ ਦਾਦੀ ਉਹ ਮਗਰਲੇ ਪਾਸੇ ਬੈਠੀ ਆ ਅੱਛਾ ਉਧਰ ਹੀ ਆਨੀ ਆ ਫਿਰ ਬੀਬੀ ਆ ਰਹੀ ਹੈ ਸਤਿ ਸ੍ਰੀ ਅਕਾਲ ਬੀਬੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੈ ਹਾਂ ਠੀਕ ਠਾਕ ਹੋਰ ਤੁਸੀਂ ਸੁਣਾਓ ਠੀਕ ਠਾਕ ਹੋ ਹਾਂ ਠੀਕ ਹੈ ਹੋਰ ਖੈਰ ਸੁੱਖਾ ਸਾਰੇ ਪੋਤੇ ਪੋਤੀਆਂ ਖੈਰ ਸੁੱਖ ਰਾਜੀ ਖੁਸ਼ੀ ਚੱਲ ਵਧੀਆ ਕੀਤਾ ਮੈਂ ਤੇਰੇ ਕਹੇ ਤਾਂ ਗੱਲ ਛੇੜੀ ਤੀ ਭੈਣੇ ਤਾਂ ਬੀਬੀ ਸੱਦੀ ਆ ਮੈਂ ਅੱਛਾ ਅੱਛਾ ਹਾਂ ਬੀਬੀ ਆਖੇ ਲੱਗ ਜਾਣਾ ਹਾਂ ਹੋਰ ਚੱਲ ਵਧੀਆ ਕਰਿਆ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਿਹਾ ਫਿਰ ਉਹ ਜਦੋਂ ਥੜੇ ਥੂਹ ਨਹੀਂ ਲੱਗਣ ਦਿੰਦੇ ਫਿਰ ਮੈਂ ਹਾਰ ਕੇ ਬੀਬੀ ਨੂੰ ਫੋਨ ਕਰਿਆ ਮੈਂ ਕਿਹਾ ਤੂੰ ਆ ਜੇ ਤੇਰੇ ਆਖੇ ਲੱਗ ਜਾਣਾ ਹਾਂ ਚੱਲ ਕਹਿ ਕੇ ਦੇਖ ਲੂੰਗੀ ਪਰਮਾਤਮਾ ਸੁਣ ਲੈ ਚੱਲ ਹੋਰ ਅੱਜ ਤਾਂ ਮੈਂ ਫੋਨ ਕਰਿਆ ਤੀ ਮੇਰੇ ਭਤੀਜੇ ਨੂੰ ਪੁੱਛਿਆ ਤੀ ਮੈਂ ਵੀ ਤੁਸੀਂ ਧਾਗਾ ਕਿੱਥੋਂ ਪਵਾਇਆ ਅੱਛਾ ਮੈਂ ਨਾਲ ਵਗ ਚੱਲੂੰਗੀ ਮੈਂ ਪਵਾ ਲਿਆਉਂਗੀ ਚੱਲ ਭੈਣੇ ਫਿਰ ਸ਼ਾਬਾ ਸੀ ਤੇਰੇ ਜੇ ਧਾਗਾ ਪਵਾ ਲਿਆਵਾਂਗੀ ਨਾਲ ਜਾ ਕੇ ਹਾਂ ਵਗ ਚੱਲੂੰਗੀ ਹਾਂ ਵਗ ਚੱਲੀ ਉਹਨਾਂ ਤਾਂ ਡਰੈਸ ਲੈ ਲਈ ਨਾ ਲੈ ਲਿਆ ਮੈਂ ਡਰੈਸ ਹੋਰ ਫਿਰ ਤਾਂ ਸ਼ਾਬਾ ਸੀ ਭੈਣੇ ਹੋਰ ਫਿਰ ਤਾਂ ਵਧੀਆ ਹੋ ਜੂਗਾ ਚੱਲ ਨਾ ਵਗ ਚੱਲੂੰਗੀ ਮੈਂ ਹਾਂ ਨਾ ਵਗ ਚੱਲੀ ਮੈਂ ਕਰੂੰਗੀ ਬਾਈ ਇਹਨਾਂ ਨਾਲ ਗੱਲ ਤੂੰ ਨਾਲ ਵਗ ਜੀ ਹਾਂ ਹਾਂ ਬੀਬੀ ਜਾਊਂਗੀ ਨਾਲ ਮੈਂ ਹਾਂ ਹੋਰ ਵਗ ਜੀ ਮੈਂ ਇਹਨਾਂ ਨੂੰ ਕਿਹਾ ਤੀ ਮੈਂ ਕਿਹਾ ਬਚਨ ਉਹਨੂੰ ਲੈ ਜੂ ਭਾਈ ਨਾਲ ਹਾਂ ਵਗ ਜੂੰਗੀ ਕੋਈ ਨਾ ਨਹੀਂ ਭੈਣੇ ਤੇਲ ਹੈਗਾ ਮੈਂ ਤਾਂ ਤੇਲ ਲੈਣ ਆਈ ਸੀ ਤੇਲ ਭੈਣੇ ਦੇਖੋ ਥੋੜਾ ਜਿਹਾ ਰਹਿੰਦਾ ਤੇ ਹੋਊਗਾ ਇੰਨਾ ਕੁ ਤਾਂ ਕਿੰਨਾ ਲੈਣਾ ਤਾਂ ਗੁਲਗੁਲੇ ਪਕਾ ਲਾਂਗੇ ਮੈਂ ਕਿਹਾ ਅੱਛਾ ਲੈ ਜੀ ਗੜਬੀ ਤੇਲ ਦੀ ਹੋਰ ਦੇ ਦਿਓ ਨੀ ਸੁਖਪਾਲ ਹਾਂ ਚਾਚੀ ਪੁੜੇ ਅੰਦਰ ਹੀ ਬੈਠੀ ਹਾਂ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਪੁੱਤ ਤੇਲ ਦੇ ਪੁੱਤ ਮੈਨੂੰ ਗੜਬੀ ਦੇਣੀ ਆ ਬੈ ਜਾਂਦੇ ਬੈ ਜਾ ਬਸ ਹੋ ਗਿਆ ਥੋੜੀ ਬੇਬੇ ਲਵੇ ਬੈਠੀ ਸੀ ਮੈਂ ਤਾਂ ਬਾਹਰ ਅੱਛਾ ਉੱਥੇ ਤੇਰੀ ਭੂ ਆਈ ਹੋਈ ਆ ਗੱਲੀ ਲੱਗ ਗਈ ਆਹ ਗੜਬੀ ਹਾਂ ਬਹੁਤ ਹੈਗੀ ਹਵਾ ਹੈ ਬਾਰੇ ਹਵਾ ਉਰੇ ਹਵਾ ਗੁੜ ਕੋਲ ਹੀ ਬੈਠੀਆਂ ਨੇ ਕਹਿੰਦੇ ਮੱਠੀਆਂ ਲਾਹਾਂਗੇ ਮੈਂ ਕਿਹਾ ਕਹਾਣੀ ਕਢਾਉਣ ਵਾਲੀਆਂ ਚੱਲ ਧਾਰਾ ਲਿਆਉਣੀਆਂ ਵਾਹਾਂ ਵਧੀਆ ਸੱਤ ਤਾਂ ਪੱਕੀ ਨਹੀਂ ਕੌਲ ਕਰਖੀ ਹੈ ਹੋਰ ਪਕਾ ਲਓ ਚੱਲ ਜਵਾਕ ਨਾਨਕੇ ਵਾਗੇ ਪਹਿਲਾਂ ਹਾਂ ਉਦੋਂ ਨਹੀਂ ਉਹ ਹੋਇਆ ਹਰ ਜਾਇਆ ਵੀ ਚੱਲ ਜਵਾਕ ਤਾਂ ਹੈ ਨਹੀਂ ਅੱਛਾ ਹੁਣ ਦੇਖਾਂਗੇ ਚੱਲ ਤਾਂ ਕੋਈ ਟਾਈਮ ਲੱਗਦਾ ਨਾ ਪੁੱਤ ਬਸ ਜਾਂਦੀ ਰਹੇ ਕੱਪੜੇ ਸਿਉਂ ਹੀ ਜਾਂਦੇ ਆ ਤੇ ਹੈ ਹੋਰ ਹਾਂ ਹਾਂ ਵਧੀਆ ਤਾਂ ਪਕਾ ਕੇ ਖਾ ਲੈਣਗੇ ਆਪਾਂ ਤਾਂ ਕੌਲ ਕਰਖੀਏ ਕਿਹੜਾ ਤੇਲ ਮੈਂ ਕਹਿੰਦੀ ਇਹ ਬੇਬੇ ਨਾ ਸੱਦੀ ਹੋਈ ਭੂਆ ਸੱਦੀ ਹੈ ਜਿਵੇਂ ਇਹ ਵੀ ਨਹੀਂ ਪਤਾ ਕੋਈ ਹੋਰ ਲੂਤੀ ਲੱਗ ਗਈ ਹੋਵੇ ਹੋਰ ਇਹ ਆਈ ਆਉਂਦੀ ਹੁੰਦੀ ਚਲ ਪਤਾ ਲੱਗ ਜੂਗਾ ਤਾਂ ਸਤਿ ਸ਼੍ਰੀ ਅਕਾਲ ਭੂਆ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਹੋ ਹਾਂ ਠੀਕ ਹੈ ਬੇਟੇ ਤੂੰ ਆ ਗਿਆ ਜੱਸਾ ਨਹੀਂ ਆਇਆ ਉਹ ਲਾਈਟ ਆਉਣੀ ਸੀ ਬਾਈ ਕਹਿੰਦਾ ਤੂੰ ਚਾਲੇ ਦਿਨੇ ਪਾਣੀ ਪੂਣੀ ਪਿਆ ਦੀ ਮੱਝਾਂ ਨੂੰ ਅੱਛਾ ਕਹਿੰਦਾ ਚੱਲ ਮੈਂ ਠਹਿਰ ਕੇ ਆ ਜੂ ਪਾਣੀ ਪੂਣੀ ਪੈਂਦਾ ਕਰਕੇ ਠੀਕ ਹੈ ਹਾਂ ਆ ਵੀ ਤੇਰੇ ਨਾਲ ਹੀ ਰਹਿੰਦਾ ਹੋਰ ਅਸੀਂ ਤਾਂ ਕਹਿੰਦਾ ਅਮਰੂਦ ਨਹੀਂ ਲਿਆ ਚਾਚੂ ਮੈਂ ਕਿਹਾ ਅਮਰੂਦ ਕੋਈ ਨਹੀਂ ਫੇਰ ਗੇੜਾ ਵੱਜਿਆ ਫੇਰ ਲਿਆ ਦੇਵਾਂਗੇ ਬੂਟਾ ਤੇਰੀ ਵੀ ਕਰੀਏ ਕੋਈ ਦੇਖਭਾਲ ਕਦੋਂ ਖਵਾਵੇਂਗਾ ਲੱਡੂ ਖਵਾ ਦੇਵਾਂਗੇ ਭੂਆ ਕੋਈ ਨਹੀਂ ਹੈਂ ਖਵਾ ਦੇਵਾਂਗੇ ਹੋਰ ਹੁਣ ਤਾਂ ਵਿਆਹ ਕਰ ਗਏ ਭਾਈ ਇਤਕੀ ਤੇਰਾ ਕੋਈ ਨਹੀਂ ਕੋਈ ਨਹੀਂ ਚੱਲ ਚਾਚੂ ਪੀ ਲੈ ਬੂਟੇ ਫੇਰ ਕਰਦੀ ਸੰਨੀ ਸੁਣੀ ਮੈਂ ਸਾਨੂੰ ਹਾਂ ਠੀਕ ਹੈ ਕੋਈ ਚਾਹ ਪੀਂਦਾ ਤੁਸੀਂ ਪੀ ਲਈ ਪੂਆ ਚਾਹ ਹਾਂ ਪੀ ਲਈ ਪੁੱਤ ਇਸਤਾ ਠੀਕ ਤੂੰ ਛੱਲੀਆਂ ਨਹੀਂ ਖਾਧੀਆਂ ਵੇ ਨਾ ਜੀ ਹਾਂ ਲੈ ਇਹਦੀ ਚਾਚੀ ਗਾਈਆਂ ਦੀ ਤੇ ਇਹਨੇ ਕਿਵੇਂ ਨਾ ਖਾਧੀਆਂ ਹੁਣ ਵਾ ਚਾਚੂ ਨੂੰ ਹੱਥ ਨੇ ਮੂੰਹ ਬਣਾਣੇ ਆਉਂਦਾ ਅੱਛਾ ਛੱਲੀਆਂ ਖਾ ਲੈਂਦਾ ਹੁਣ ਇੱਕ ਅੱਧੀ ਖਾਊਂਗਾ ਬੂਟੇ ਨੂੰ ਵਾਹਵਾ ਚਿਰ ਹੋ ਗਿਆ ਘੰਟਾ ਆਏ ਨੂੰ ਮੈਂ ਪੁੱਛਿਆ ਸੀ ਮੈਂ ਕਿਹਾ ਜੱਸਾ ਨਹੀਂ ਆਇਆ ਕਹਿੰਦਾ ਆਉਂਦਾ ਲਾਈਟ ਆ ਗਈ ਬੂਟੇ
ਹੋਰ ਬਬਲੀ ਠੀਕ ਹੈ? ਹਾਂ ਠੀਕ ਹੈ ਪੁੱਤ ਅੱਜ ਤਾਂ। ਅੱਛਾ ਹਾਂ ਅੱਜ ਤਾਂ ਬਾਬਾ ਹੈ ਘਟਿਆ ਮਾੜਾ ਮੋਟਾ ਖਾਦੀ ਪੀਤੀ ਨਹੀਂ ਅੱਜ ਤਾਂ। ਹਾਂ ਅੱਜ ਤਾਂ ਠੀਕ ਹੈ ਯਾਰ ਵਧੀਆ। ਸਾਲ ਝੱਟ ਲਾਉਂਦਾ ਕਈ ਦਿਨ ਫਿਰ। ਅੱਛਾ ਚਾਰ ਪੰਜ ਦਿਨ ਫਿਰ ਲਗਾਤਾਰ, ਫਿਰ ਅੱਜ ਰਾਤ ਕੱਲ ਬੋਤਲਾਂ ਲਾਈਆਂ ਦੋ, ਅੱਜ ਲਾਈਆਂ ਤੜਕੇ। ਹਾਂ ਹੁਣ ਠੀਕ ਹੈ। ਹੁਣ ਜਦੋਂ ਮੈਂ ਗਈ ਆ ਉਧਰੋਂ ਮੈਂ ਫਿਰ ਫੋਨ, ਗਰਮੀ ਚ ਦਾਰੂ ਦੇਖ ਲਓ। ਹੋਰ ਗਰਮੀ ਤਾਂ ਉਹੀ ਅੱਗ ਡਿੱਗੀ ਆ। ਨਾਲੇ ਪੁੱਛਦੇ ਆ ਵੀ ਤੂੰ ਐ ਕਾਹਤੋਂ ਪੀ ਜਾਂਦਾ, ਕਹਿੰਦਾ ਪਤਾ ਨਹੀਂ। ਵੇ ਤੂੰ ਦਾਰੂ ਕਿਉਂ ਪੀਨਾ, ਕਹਿੰਦਾ ਪਤਾ ਨਹੀਂ। ਲੈ ਪਤਾ ਹੋਰ ਕਿਹਨੂੰ ਆ ਕਹਿੰਦੇ? ਹੋਰ ਕਹਿੰਦਾ ਪਤਾ ਹੀ ਨਹੀਂ, ਅਸੀਂ ਪੀ ਜਾਂਦਾ ਅਸੀਂ ਪੀ ਜਾਂਦਾ। ਤੁਹਾਡਾ ਦੱਸੋ ਪੁੱਤ ਕੀ ਹਾਲ ਬਾਲ ਹੈ? ਵਧੀਆ ਭੂਆ। ਵੇ ਪੁੱਤ ਵਧੀਆ ਤਾਂ ਕਹਿ ਦਿਓ, ਤੁਹਾਨੂੰ ਹਜੇ ਨਹੀਂ ਪਤਾ ਲੱਗਦਾ, ਗਾਹਾਂ ਪਤਾ ਲੱਗੂਗਾ। ਤੇਰੀ ਮਾਂ ਨੇ ਸੱਦਿਆ ਮੈਨੂੰ ਤਾਂ, ਉਹ ਤਾਂ ਬਾਹਲੀ ਬਿਰ ਬਿਰ ਕਰਦੀ ਤੀ, ਬਹੁਤੀ ਰੋਂਦੀ ਤੀ। ਤੁਹਾਡੇ ਨਾਲ ਕਰੀ ਹੋਣੀ ਪੁੱਤ ਗੱਲ ਤੇਰੀ ਮਾਂ ਨੇ? ਕਰੀ ਤੀ ਭੂਆ ਗੱਲ ਤਾਂ ਕਈ ਵਾਰੀ ਹੋ ਗਈ। ਹੋਰ ਉਹ ਕਹਿੰਦੀ ਮੇਰੀ ਤਾਂ ਮੰਨਦੇ ਨਹੀਂ ਹੈਗੇ ਇਹ। ਉਹ ਮੰਨੀਏ ਕੀ ਭੂਆ, ਹੁਣ ਇਹ ਤਾਂ ਐਵੇਂ ਬਸ ਹਿੰਡ ਜੀ ਫੜ ਲਈ ਬੇਬੇ ਨੇ। ਨਹੀਂ ਬੇਟਾ ਹਿੰਡ ਨਹੀਂ ਹੈਗੀ, ਹਿੰਡ ਤਾਂ ਕਾਹਦੀ ਹੈ, ਇਹ ਤਾਂ ਤੁਹਾਨੂੰ ਇੱਕ ਚਾਂਸ ਤਾਂ ਲੈਣਾ ਪਊਗਾ। ਕੀ ਲੈਣਾ? ਵਧੀਆ ਗੇ ਭੂਆ, ਅਸੀਂ ਤਾਂ ਸਾਨੂੰ ਤਾਂ ਇਹੀ ਮੁੰਡੇ ਨੇ ਸਮਝ ਲਓ। ਹੋਰ ਦੱਸ ਕੀ ਪੁੱਤ? ਮੁੰਡੇ ਮੁੰਡਿਆਂ ਦੀ ਥਾਂ ਹੁੰਦੇ ਨੇ, ਕੁੜੀਆਂ ਕੁੜੀਆਂ ਦੀ ਥਾਂ ਹੁੰਦੀਆਂ ਨੇ, ਫਰਕ ਤਾਂ ਕੋਈ ਨਹੀਂ ਮੁੰਡੇ ਕੁੜੀ 'ਚ, ਪਰ ਤੁਹਾਨੂੰ ਗਾਹਾਂ ਪਤਾ ਲੱਗੂਗਾ। ਗਾਹਾਂ ਨੂੰ ਕੀ ਹੈ, ਹੁਣ ਦੇਖੀ ਜਾਂਦੇ ਹਾਂ ਅਸੀਂ, ਵਧੀਆ ਨੇਗੇ, ਬਹੁਤ ਗਿਣਤੀ ਹੈ ਲੋਕਾਂ ਦੀ ਇਹੋ ਜਾਂਦੀ, ਕਿਹੜਾ ਅਸੀਂ ਇਕੱਲੇ ਹਾਂ ਜੱਗ 'ਤੇ। ਫਿਰ ਹੁਣ ਉਹਨੇ ਤਾਂ ਜਮਾਂ ਮਰਨਾ ਤਿਆਗ ਰੱਖਿਆ ਆਪਦਾ, ਉਹ ਤਾਂ ਕਹਿੰਦੀ ਮੇਰੀ ਤਾਂ ਸੁਣਦੇ ਨਹੀਂ। ਸੁਣੀਏ ਵੀ ਕੀ ਹੁਣ ਦੱਸੋ, ਵੀ ਸੁਣਨ ਵਾਲੀ ਹੋਵੇ ਤਾਂ ਸੁਣ ਲਈਏ। ਦੇਖ ਲਓ ਪੁੱਤ, ਮੈਂ ਤਾਂ ਕਹਿੰਦੀ ਹਾਂ ਵੀ ਬਹੁਤ ਦੁਨੀਆ ਇਹੋ ਜਿਹੀ ਹੈਗੀ ਹੈ ਜਿਹੜੀ ਕੋਈ ਕਿਤੇ ਵੱਗ ਗਿਆ, ਕੋਈ ਕਿਤੇ ਵੱਗ ਗਿਆ, ਅਤੇ ਕਿਸੇ ਨਾ ਕਿਸੇ ਪਾਸੇ ਤਾਂ ਫੋਹ ਪੈਂਦੇ ਹੀ ਹੈ। ਇਹ ਤਾਂ ਨਹੀਂ ਹੈਗਾ ਵੀ ਕਿਤੇ ਰੱਬ ਸੁਣਦੇ ਹੀ ਨਹੀਂ। ਜਾਣਾ ਕਰਨਾ ਤਾਂ ਕਿੱਥੇ ਹੈ ਫਿਰ? ਤੇਰੀ ਚਾਚੀ ਆਈ ਤੀ, ਉਹ ਕਹਿੰਦੀ ਕਹਿੰਦੀ ਮੈਂ ਪਵਾ ਦੂੰਗੀ ਤਾਗਾ, ਮੇਰਾ ਭਤੀਜਾ ਵੀ ਉੱਥੋਂ ਹੀ ਲਿਆ, ਕਹਿੰਦੀ ਤਾਗਾ ਪਵਾ ਕੇ ਮੁੰਡਾ ਉਹਦੇ ਕੋਲ। ਤਾਗਿਆਂ ਤੂਗਿਆਂ ਨਾਲ ਦਾ ਕੀ ਮਤਲਬ, ਇਹਨਾਂ ਗੱਲਾਂ ਨਾਲ ਕੀ ਮਤਲਬ ਤਾਗਿਆਂ ਨਾਲ? ਫਿਰ ਪੁੱਤ ਡਾਕਟਰਾਂ ਕੋਲ ਤੁਸੀਂ ਨਹੀਂ ਜਾਂਦੇ? ਬੁੜੀਆਂ ਉਈ ਨਹੀਂ ਉਹ ਕਈ, ਫਿਰ ਕੋਈ ਨਹੀਂ ਇਹਦੇ 'ਚ ਕੋਈ ਹੁੰਦਾ ਨਾ ਕੋਈ ਡਾਕਟਰ ਕਰ ਸਕੇ, ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ। ਪਰਮਾਤਮਾ ਵੀ ਪੁੱਤ ਕਿਸੇ ਦੇ ਵਿੱਚ ਦੀ ਵੋੜਦਾ ਹੁੰਦਾ, ਹੁਣ ਤੁਸੀਂ ਤਾਂ ਇੱਕੋ ਹੀ ਹੰਡ ਫੜ ਲਈ। ਸੁਖਪਾਲ ਪੁੱਤ, ਵੱਡੇ ਬੰਦੇ ਦਾ ਕਹਿਣਾ ਮੰਨੀ ਦਾ ਹੁੰਦਾ, ਜੱਸੇ ਤੁਸੀਂ ਕੇਰਾਂ ਮੰਨ ਲਓ ਮੇਰੇ ਕਹੇ ਤੋਂ, ਉਹਨੂੰ ਵੀ ਮੇਰੇ 'ਤੇ ਮਾਣ ਸੀ ਵੀ ਮੈਂ ਮੇਰੀ ਬੀਬੀ ਨੂੰ ਸੱਦਾਂ ਤਾਂ ਕਰਕੇ ਉਹ ਇਹਨਾਂ ਨੂੰ ਕਹੂਗੀ। ਉਹ ਤਾਂ ਠੀਕ ਹੈ ਭੂਆ, ਮਾਣ ਤਾਂ ਹੁੰਦਾ ਹੀ ਹੈ। ਖੈਰ ਫਿਰ ਮੈਂ ਵੀ ਆਪਦਾ ਮਾਣ ਕਰਕੇ ਆਈ ਹਾਂ ਤੁਹਾਡੇ 'ਤੇ ਵੀ ਮੇਰੇ ਭਤੀਜਾ ਮੰਨੂਗਾ ਮੇਰੀ ਗੱਲ। ਉਹ ਤਾਂ ਠੀਕ ਹੈ ਭੂਆ, ਪਹਿਲਾਂ ਤੇਰੀ ਕਦੇ ਮੋੜੀ ਹੈ? ਮੋੜੀ ਤਾਂ ਨਹੀਂ ਫਿਰ ਪੁੱਤ, ਐਤਕੀ ਮੈਂ ਨਾ ਮੋੜੋ। ਹੁਣ ਉਹਨੇ ਤਾਂ ਲੈ ਰੋਟੀ ਛੱਡ ਰੱਖੀ ਹੈ, ਮਰਨਾ ਤਿਆਗ ਰੱਖਿਆ, ਫਿਰ ਕੀ ਕਰੋਗੇ? ਰੋਗ ਲਾ ਕੇ ਵੇਜੂਗੀ ਕੋਈ? ਗੱਲ ਤਾਂ ਇਹੀ ਹੈ, ਇਹ ਤਾਂ ਤੁਹਾਨੂੰ ਕੇਰਾਂ ਤਾਂ ਸੁਣਨੀ ਪਊਗੀ ਪੁੱਤ ਉਹਦੀ। ਚੱਲ ਕੋਈ ਗੱਲ ਨਹੀਂ ਫਿਰ। ਹਾਂ ਨਾ ਮੇਰੇ ਪੁੱਤ ਬਣ ਕੇ, ਮੈਨੂੰ ਤਾਂ ਬਹੁਤ ਮਾਣ ਹੈ ਤੁਹਾਡੇ 'ਤੇ। ਉਹਨੂੰ ਵੀ ਇਹੀ ਗੱਲ ਸੀ ਵੀ ਮੈਂ ਇਹਦੀ ਭੂਆ ਨੂੰ ਸੱਦਾਂ, ਉਹੀ ਕਹੂਗੀ ਇਹਨਾਂ ਨੂੰ, ਫਿਰ ਇਹ ਮੰਨਣਗੇ। ਹੁੰਦਾ ਹੀ ਆ ਫਿਰ। ਹਾਂ ਹੱਥ ਬੰਨ ਕੇ ਕਹਿ ਕੇ ਹਟੀ ਹੈ ਮੈਨੂੰ ਤਾਂ, ਕਹਿੰਦੀ ਮੇਰੀ ਬੀਬੀ ਨਣਦ ਬਣ ਕੇ ਹਾੜੇ ਕਿਵੇਂ ਕਰ, ਇਹਨਾਂ ਨੂੰ ਮਨਾ ਲੈ ਕਿਸੇ ਰੋਟ ਮਰਜ਼ੀ ਮਨਾ ਲੈ, ਮੈਨੂੰ ਤਾਂ ਨਾ ਭੁੱਖ ਲੱਗੇ ਨਾ ਤੀਹ ਲੱਗੇ ਨਾ ਕਹਿੰਦੀ ਮੈਨੂੰ ਨੀਂਦ ਆਵੇ। ਜੇ ਉਹ ਦੇਖੇ ਤਾਂ ਉਹਦੇ ਤਾਂ ਪੋਤਾ ਹੈਗਾ, ਇੱਕ ਹੋਇਆ ਕਿ ਦੋ ਹੋਏ ਕਿ ਤਿੰਨ ਹੋਏ, ਉਹਦੇ ਤਾਂ ਪੋਤਾ ਹੈਗਾ, ਤੁਹਾਡੇ ਕਰਕੇ ਫਿਰਦੀ ਹੈ। ਉਹ ਤਾਂ ਠੀਕ ਹੈ ਗੱਲ। ਸ਼ਾਬਾਸ਼ ਪੁੱਤ ਤੁਹਾਡੇ, ਜਿਹੜੀ ਮੇਰੀ ਆਈ ਦੀ ਰੱਖਦੀ। ਸੁਖਪਾਲ ਸਬਜ਼ੀ 'ਚ ਕੜਛੀ ਫੇਰਦੀ ਮੈਂ ਤਾਂ, ਠੀਕ ਹੈ ਬਣੀ ਕੋਈ ਨਾ ਫੇਰ ਦੂੰਗੀ। ਭੂਆ ਬੇਬੇ ਨੇ ਤਾਂ ਹੁਣ ਹਿੰਡ ਫੜ ਰੱਖੀ ਹੈ। ਕੁੜੇ ਵੀਰ ਹਿੰਡ ਤਾਂ ਕਾਹਨੂੰ ਫੜ ਰੱਖੀ ਹੈ, ਉਹਦਾ ਅੰਦਰਲਾ ਪੁੱਛਿਆ ਲੋੜੀਂਦਾ। ਪੁੱਤਾਂ ਦੀ ਮੰਮ ਤਾਂ ਹੀ ਇਹੀ ਜੀ ਹੈ, ਆਹ ਮੁੰਡੇਰਾ ਆਣੇ ਦੇ ਤੀਹ ਬੱਤੀ ਸਾਲਾਂ ਬਾਅਦ ਹੋਇਆ ਸੀ ਮੁੰਡਾ, ਇੰਨਾ ਚਿਰ ਡੀਕਦੇ ਡੀਕਦੇ ਬੁੜੇ ਹੋ ਗਏ। ਹੋਰ ਦੱਸ, ਕੁਦਰਤ ਹੈ, ਕੁਦਰਤ ਨੂੰ ਵੱਡੀ ਕੋਈ ਚੀਜ਼ ਨਹੀਂ ਹੈ। ਗੱਲ ਤਾਂ ਉਹੀ ਹੈ ਕੁਦਰਤ ਹੈ।
कुदरत वड्डी है, जे साइंस किन्नी तरक्की कर ले कुदरत नूं वड्डी नहीं हो सकदी। फिर की करे जावे पुत्त, मन च लग जांदी आ ना उसनूं तां ऐ वी मैं तिन पुत्तां दी मां बथेरा समझाया सी। ना ना ओहदा अंदर दीपू हैगा कहिंदी इह तां तेरे शरीक दा इह ना होर समझदी नहीं होता थोड़ी है अंदरला पुछा लोड़ी दे। देख सब्जी वधिया जी बना लियो कोई। अच्छा कौन लिया बूटा लिया थी? हाँ हाँ बूटे तो मंगा लेके मैं रखांगे बहुत ताज ना रहूंगी मैं ता कहा थी तेरे बेबे ने भी कहा थी ता हफ्ता लाजे चाहिए ना हफ्ता ता पुत्त कित्थे ना हफ्ता यार टाइम आ गया जितने होते हफ्ता भी लाजूंगी और कुछ नहीं होता। चलो देख दिया एक दो दिन तलाऊंगी और हो रहा ना मैं फिर मैं हाँ ना थोड़ा सवाक देख के तो मेरा जी लग जाता है। दुध वधिया दे जाती है मज हाँ भूआ वधिया दे जाती है वधिया ढंग लही जाता इन्हें दूजी सूपू। अच्छा हाँ दस दिन उन्होंने सूपू आ जाए बैठी हैं। चलो लै हूँ खुश रहा कर मैं तो तेरे मन की मुराद पूरी करती। अच्छा चंगा चंगा जी हुंदी बस होर रोटी रोटी खा लिया कर रज के। चल कोई नहीं हाँ मैं तो कहती बोले फिर ना बोले नहीं कुछ। चल हाँ हूँ तो कहते थे कहते ना भूआ दीपू भी अपने है ये है वाह है। मैं ना भाई तेरी माँ का अंदरला पुछा लूनी मैं तो दसता फिर मैं सद्या तो मैं तेरी माँ नहीं है पर मैं बुआ को गल नहीं करी तेरे को दस दी पुत मैं चल आखे लागे चंगी गल हाँ ना कहते बग जाने। चल हूँ तो कहते कुछ नहीं तरह पै तो अगे तबीतों च आहो मैं कहती मैं कहो गई थी मैं चल तुम जाया हाँ चल ठीक है। हाँ। चंगी गल है जी आखे लग गई सुन ले परमात्मा सुनो बथेरा सच्चे पातशाह ये कड़ी गल है ताही तो कहनी है। हाँ इन्हें ममता ही अड होंगी है भैन मैं कह के हटी हाँ पहला ताही तो कहनी हाँ राणी भी कहती थी आ गई थी हाँ तार कढ़न जाती थी कहती लै बेबे ने तो जिद फड़ रखी मैं भीरा तेन की पता लगता है भी जिद फड़ रखी वह अंदरला पुछा लोड़ी दे हाँ अड्डो अड्डी आए भी भाई दोनों के चल आप एक चार है ना होर चल मान ली चंगी गल है ना मान ली उसने बोले कहते कोई ना बुआ हूं तो सलाह नहीं थी तिया कि पुत कि भाई तुम कह दें तिया पुत तो सानू पुछ के देख ले। आजो सुखपाल पुत मैं जानी हाँ कोई ना पुत टाइम आऊगा मैं लाऊंगी ये कि गल है ला के जाऊंगी महाराज भरी करे ना कोई गल नहीं पुत फिर आऊंगी। चंगा पुत धन्यवाद थोड़ा मेरी आई दी रखती चंगा बेटे होर ला जांदे दो दिन बस पुत फिर आऊंगी मैं होर नहीं हुण नहीं आ रहा जांदा मेरा बेटा क्या कुड़ लेके जाऊंगे नाल हां नाल ही लेके जाऊंगी। परमात्मा ने सुनी चल जे रब भूल जे ना ना कोई ना तेरे नाल मैं हाथ बटा दिया करूं कोई ना मैं आप ही बथेरा कर लिया करूं कोई गल नहीं जेड़ा ना हो कोई माड़ा मोटा कितने जाना आना तो करा दया कर चंगा बोझ के बन दिया कर बस आई सुभा पै जूगा इन्हों तै खोलिया नहीं ना कदे वाला चिर हो गया ना कोई मैं आ डर दिया पुत नहीं मैं नवा दया करा भी किच के लै जानिया ने ना मैं तो आप ही नवा दया करूँ और गोडे गोडे तुरते नहीं ना काली नाल कम तो हो ही जाएंगे ताही तो कहनी हाँ मैं इतने हूँ इन्ने काली नाल तुरिया जाता गोडिया ये किछदिया ने केर तो पानी तो आदि ने भज के
आजा पुत मम्मी नी तंग ना कर मेरे नाल आजा सुखपाल जे कुछ खान खून जी करदा पुत मैनूं दस दी कोई ना बेबे हाँ मैं करके दे दूं तेनूं चंगा कोई ना हाँ आजा तेनूं औखा करूगी इह बाला तंग करदी इह गर्मी इक बारे चलांगे आपां पुत उत्थे खेडांगे पींग ते झूटे लवांगे नाले है ना होर उत्थे खेडांगे आपां इत्थे खेडांगे दादी पोती मां बाप तां जन्म देण वाला कर्म लाउण वाला तां नहीं चल कोई ना भूआ क्यों तुसीं दिल नूं आला करण पाइयां जो लैदा निकले ही तेरी किस्मत लै मेरी किस्मत नूं की होया ऐवें तुसीं दिल ते लाई जांदे हो तूं मैनूं फोन करया मैं तां करके आई तां इहनूं जोर पाया जवाक नूं करया तां चंगे नूं ही सी आपां नूं केड़ा पता ती फिर ਹੁਣ ਤਿੰਨ ਦਾ ਕਰੇਗਾ ਵੀ ਕੀ ਪੜਾਈਆਂ ਲਿਖਾਈਆਂ ਤਾਂ ਦੇਖ ਲੈ ਕਿੰਨੀਆਂ ਮਹਿੰਗੀਆਂ ਨੇ ਪੁੱਤ ਫੇਰ ਕੀ ਹੋ ਗਿਆ ਭੂਆ ਜੇ ਸਾਡੇ ਤੇ ਕੋਈ ਅਸਰ ਨਹੀਂ ਹੈਗਾ ਇਹ ਗੱਲ ਦਾ ਤੁਸੀਂ ਕਿਉਂ ਉਹ ਕਰੀ ਜਾਂਦੇ ਹੋ ਅਸਰ ਤਾਂ ਕਿਉਂ ਨਹੀਂ ਪੁੱਤ ਅਸਰ ਤਾਂ ਬਥੇਰਾ ਹੁਣ ਤੁਸੀਂ ਕਹਿ ਕੇ ਨਹੀਂ ਸੁਣਾਉਂਦੇ ਅੰਦਰਲਾ ਤਾਂ ਤੁਹਾਡਾ ਪੁੱਛੇ ਹੀ ਲੋੜੀਂਦਾ ਨਹੀਂ ਨਹੀਂ ਸਾਨੂੰ ਕੋਈ ਆਪਾਂ ਨੇ ਧੱਕਾ ਕਰਿਆ ਤੁਸੀਂ ਲਾਂਭਾ ਨਾ ਮੰਨੋ ਅਸਰ ਕਿਉਂ ਨਹੀਂ ਹੈਗਾ ਪੁੱਤ ਪੜਾਈਆਂ ਲਿਖਾਈਆਂ ਬਥੇਰੀਆਂ ਹੋ ਜਾਂਦੀਆਂ ਨੇ ਤਿੰਨਾਂ ਦੀਆਂ ਤਾਂ ਤਿੰਨ ਕੁੜੀਆਂ ਹੋ ਗਈਆਂ ਫੇਰ ਕੀ ਹੋ ਗਿਆ ਦੋ ਤਿੰਨ ਦੋ ਕੋਈ ਗੱਲ ਨਹੀਂ ਫਿਰ ਇਹੀ ਗੱਲ ਉਦੋਂ ਸੋਚਣੀ ਸੀ ਬੇਬੇ ਜਦੋਂ ਰੋਟੀਆਂ ਛੱਡ ਛੱਡ ਬਹਿੰਦੀ ਸੀ ਹੋਰ ਤੈਨੂੰ ਕਿਉਂ ਕਹਿੰਦੇ ਤੇ ਵੀ ਕੋਈ ਕਰਮਾਂ ਨਾਲ ਹੀ ਹੁੰਦਾ ਧੀਆਂ ਤੋਂ ਆਈ ਤੀ ਮਹਾ ਕੀ ਮਾਂ ਮਾਰੇ ਨੇ ਚਲ ਰੱਬ ਜਵਾਕ ਦੇ ਦੂਗਾ ਤਾਂ ਡਰ ਹੀ ਹੁੰਦਾ ਐਂ ਕਿਹੜਾ ਪਤਾ ਸੀ ਵੀ ਐਂ ਸਾਰੇ ਹੁਣ ਲੋਕਾਂ ਦੇ ਹੋ ਹੀ ਜਾਂਦੇ ਨੇ ਕਿਸੇ ਦੇ ਦੋ ਮਗਰੋਂ ਕਿਸੇ ਦੇ ਤਿੰਨ ਮਗਰੋਂ ਹੋ ਹੀ ਜਾਂਦੇ ਨੇ ਅਸੀਂ ਤਾਂ ਹੁਣ ਅੰਦਰ ਵੇਖ ਕੇ ਐਂ ਰਹਿ ਕਰੀ ਤੀ ਪੁੱਤ ਵੀ ਆਹ ਕੁੜੀ ਨੂੰ ਆਪਾਂ ਗੋਦ ਦੇ ਦਿੰਦੇ ਹਾਂ ਪੁੱਤ ਅਸੀਂ ਤਾਂ ਇਹੀ ਰਾਇ ਬਣਾਈ ਸੀ ਹੁਣ ਤਾਂ ਤੁਹਾਡੇ ਨਾਲ ਹੀ ਆ ਸਾਡੀ ਰਾਇ ਅਸੀਂ ਕਹਿੰਦੇ ਸੀ ਵੀ ਕੁੜੀ ਨੂੰ ਆਪਾਂ ਗੋਦ ਦੇ ਦਈਏ ਨਾ ਭੂਆ ਨਾ ਅਸੀਂ ਨਹੀਂ ਗੋਦ ਦਿੰਦੇ ਹੈਗੇ ਨਾ ਨਾ ਸਾਨੂੰ ਤਾਂ ਕੁਛ ਨਹੀਂ ਕਹਿੰਦੀਆਂ ਹੈਗੀਆਂ ਨਹੀਂ ਪੁੱਤ ਤਿੰਨ ਤੀਆਂ ਦਾ ਬਹੁਤ ਔਖਾ ਹੈ ਨਹੀਂ ਭੂਆ ਕੋਈ ਔਖਾ ਪਹਿਲਾਂ ਤਾਂ ਜਦੋਂ ਚਾਂਸ ਨਹੀਂ ਲਿਆ ਸੀ ਉਹ ਤਾਂ ਤੇਰੀ ਮਾਂ ਉਹ ਮਰਦੀ ਤੀ ਹੁਣ ਜੇ ਕੁੜੀ ਗੋਦ ਨਾ ਦਿੱਤੀ ਹੁਣ ਮਰ ਜੂਗੀ ਇਹ ਨਾ ਫਿਰ ਭੂਆ ਹੁਣ ਗੋਦ ਗੋਦ ਨਹੀਂ ਅਸੀਂ ਦਿੰਦੇ ਨਾ ਨਾ ਤਾਂ ਗੱਲ ਲਾਈਆਂ ਸਾਨੂੰ ਤਾਂ ਕੋਈ ਨਹੀਂ ਫਿਰ ਕੀ ਹੁੰਦਾ ਜਿੱਥੇ ਮੈਂ ਦੋ ਪਾਲੂ ਤੇ ਤਿੰਨ ਪਾਲ ਲੂਗੀ ਕੋਈ ਗੱਲ ਨਹੀਂ ਨਾ ਨਾ ਇਹ ਤਾਂ ਪਹਿਲਾਂ ਸੋਚਣਾ ਤੇ ਜਦੋਂ ਰੋਟੀਆਂ ਛੱਡ ਕੇ ਵੈਂਦੀ ਸੀ ਜਾਂ ਰੋਸੇ ਕਰਦੀ ਪਤਾ ਨਹੀਂ ਪੁੱਤਾ ਐ ਰਿਸ਼ਤੇਦਾਰੀ ਦਾ ਮਾਮਲਾ ਹੈ ਪਰ ਰਿਸ਼ਤੇਦਾਰੀ ਕੀ ਦੇਵਾਂਗੇ ਆਪਾਂ ਨੇ ਕਿਹੜਾ ਕਿਸੇ ਨੂੰ ਬਿੱਗਮੀ ਬਾਹਰ ਦੇਣੀ ਹੈ ਨਹੀਂ ਭੂਆ ਉਹ ਗੱਲ ਨਹੀਂ ਬਣਦੀ ਹੁੰਦੀ ਰਿਸ਼ਤੇਦਾਰੀ 'ਚ ਵੀ ਫਿਰ ਉਹ ਗੱਲ ਨਹੀਂ ਨਾ ਹੁੰਦੀ ਕੋਈ ਲਾਂਬਾ ਨਹੀਂ ਸੋਨੂੰ ਤੁਸੀਂ ਲਾਂਬਾ ਨਾ ਮੰਨੋ ਅਸੀਂ ਪਾਲਣੀਆਂ ਨੇ ਫਿਰ ਕੀ ਹੁੰਦਾ ਹੋਰ ਲਾਂਬਾ ਤਾਂ ਭਾਈ ਹੈ ਗਈ ਹੈ ਲਾਂਬਾ ਨਾ ਨਾ ਅਸੀਂ ਤਾਂ ਹੁਣ ਲਾਂਬਾ ਕਾਹਦਾਗਾ ਰੱਬ ਦੇ ਜੀ ਨੀਂਦ ਦੀ ਨੰਦ ਪਰਜਾਈਆਂ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਾਨੂੰ ਤਾਂ ਜਦ ਦਾ ਪਤਾ ਲੱਗ ਗਿਆ ਸਾਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਦੋਨਾਂ ਨੂੰ ਬਹਿ ਕੇ ਕੱਟਿਆ ਸੀ ਤਾਂ ਟਾਈਮ ਨਾ ਨਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਹੈਗਾ ਮੰਨ ਜਾ ਪੁੱਤ ਮੰਨੀ ਦੀ ਹੁੰਦੀ ਹੈ ਸਿਆਣੇ ਦੀ ਗੱਲ ਹੁਣ ਇਹਦੇ 'ਚ ਤਾਂ ਜਮੀ ਨਹੀਂ ਪਾਈਆ ਪਾਣੀ ਰਿਹਾ ਸਾਰੀ ਰਾਤ ਬੈਠ ਕੇ ਕੱਟੀ ਹੈ ਤੁਹਾਨੂੰ ਕੀ ਪਤਾ ਹੈ ਲੈ ਭੂਆ ਇਹਦਾ ਹੱਲ ਹੁਣ ਕੀ ਬਣੇ ਕੋਈ ਨਹੀਂ ਪੁੱਤ ਹੱਲ ਤਾਂ ਸਾਰੇ ਬਣ ਜਾਂਦੇ ਨੇ ਕੋਈ ਇਹੋ ਜਿਹਾ ਕੰਮ ਹੈ ਨਹੀਂ ਜਿਹਦਾ ਹੱਲ ਨਾ ਬਣੇ ਪਰ ਤੁਸੀਂ ਮੰਨ ਜਾਓ ਨਾ ਭੂਆ ਆਪਣੇ ਕਿਹੜਾ ਤੋੜਾ ਕਾਸੇ ਦਾ ਆਪਾਂ ਨਹੀਂ ਗੋਦ ਦਿੰਦੇ ਢਿੱਡ ਦਾ ਅੰਡਾ ਕਿਸੇ ਨੂੰ ਦੇਣਾ ਬਹੁਤ ਔਖਾ ਹੈ ਪੁੱਤ ਦੇਣ ਦੀ ਕੋਈ ਗੱਲ ਨਹੀਂ ਹੈਗੀ ਹਜੇ ਤਾਂ ਇਹ ਇੱਕ ਦਿਨ ਦੀ ਹੈ ਕੋਈ ਨਾ ਸਾਰਾ ਰਲ ਮਿਲ ਕੇ ਆਪੀ ਪਾਲ ਲਾਂਗੇ ਆਪੀ ਪੜ ਜਾਣਗੇ ਹੋਰ ਆਪਦੇ ਕਰਮ ਲੈ ਕੇ ਕੁਝ ਨਹੀਂ ਹੁੰਦਾ ਸਭ ਕੁਝ ਬਣ ਜਾਂਦਾ ਨਾਲੇ ਸਾਰੀ ਉਮਰ ਸਾਡੇ ਤੇ ਠੁਣਾ ਫੁੱਟੂਗਾ ਨਾਲੇ ਤੇਰੀ ਮਾਂ ਨਹੀਂ ਬਚਣੀ ਜੇ ਐਸ ਲੋਟ ਰਹੀ ਹੈ ਤਾਂ 6 ਮਹੀਨੇ ਨਹੀਂ ਕੱਟਦੀ ਹੈਗੀ ਸੋਨੂੰ ਭੂਆ ਕੋਈ ਲਾਂਬਾ ਨਹੀਂ ਹੈਗਾ ਕੋਈ ਨਹੀਂ ਪੁੱਤ ਲਾਂਬਾ ਤਾਂ ਕਿਉਂ ਨਹੀਂ ਪੁੱਤ ਬਣੀਆਂ ਤਾਂ ਇਹ ਸਾਡੇ ਪੈਰੋਂ ਹੀ ਨੇ ਸਾਰੀਆਂ ਗੱਲਾਂ ਨਾ ਨਾ ਕੋਈ ਲਾਂਬਾ ਨਹੀਂ ਸੋਨੂੰ ਕੋਈ ਲਾਂਬਾ ਨਹੀਂ ਦਿੰਦਾ ਸੋਨੂੰ ਨਾ ਅੱਜ ਦੇ ਨਾ ਦੇਈਏ ਕੱਲ ਨੂੰ ਕੋਈ ਲਾਂਬਾ ਨਹੀਂ ਸੋਨੂੰ ਫਿਰ ਕੀ ਹੁੰਦਾ ਮੈਂ ਤਾਂ ਆਪਦੀਆਂ ਨੂੰ ਪੁੱਤਾਂ ਵਾਂਗੂ ਪਾਲੂਗੀ ਸਾਨੂੰ ਤਾਂ ਇਹ ਨਹੀਂ ਪਹਿਲਾਂ ਧੀਆਂ ਲੱਗਦੀਆਂ ਸੀ ਵੀ ਲੈ ਤਿੰਨ ਪੁੱਤ ਨੇ ਇਹ ਤਾਂ ਬੇਬੇ ਤਾਂ ਮੂੰਹ ਉਹ ਕਰੀ ਗਈ ਬਸ ਆਪਦੇ ਤਾਂ ਮਨ ਤੇ ਲਾਈ ਰੱਖੀ ਗੱਲ ਹੁਣ ਉਦੋਂ ਵੀ ਜ਼ਿਆਦੇ ਲੱਗ ਗਈ ਇਹਦੇ ਤਾਂ ਆਪੇ ਮਨ ਤੋਂ ਲੈ ਜੂ ਹੌਲੀ ਹੌਲੀ ਕੋਈ ਨਾ ਉਹ ਲੈਣ ਲੱਗੀ ਨਾ ਇਹੀ ਦੇਖੀ ਪੁੱਤਾਂ ਵਾਂਗੂ ਲੱਗੂਗੀ ਐਵੇਂ ਲੱਗਦਾ ਸਾਰੀ ਰਾਤ ਬਹਿ ਕੇ ਕੱਟੀ ਹੈ ਇਸ ਨੇ ਤੈਨੂੰ ਕੀ ਪਤਾ ਹੈ ਮੈਨੂੰ ਪੁੱਛ ਕੇ ਦੇਖ ਕੋਈ ਤੁਰਤ ਦੀ ਗੱਲ ਹੈ ਮਸਾ ਰੰਡੀ ਤੀਵੀ ਨੇ ਆ ਦਿਨ ਲਏ ਸੀ ਪੁੱਤ ਆਪਾਂ ਦੇ ਦਿੰਨੇ ਆ ਕੁੜੀ ਨੂੰ ਉੱਥੇ ਹਸਪਤਾਲ 'ਚ ਗੱਲ ਹੋਈ ਤੀ ਸਾਡੀ ਨਿਗਾਹ 'ਚ ਹੈ ਕਿਹੜੇ ਬੰਦੇ ਨਰਸ ਨੇ ਕਿਹਾ ਤੀ ਸਾਨੂੰ ਵਧੀਆ ਬੰਦੇ ਨੇ ਮੇਰਾ ਤਾਂ ਨਹੀਂ ਦਿਲ ਮੰਨਦਾ ਹੈਗਾ ਬੇਬੇ ਦਿੰਦੇ ਕਿਉਂ ਨਹੀਂ ਪੁੱਤ ਦੇ ਦਿੰਨੇ ਆ ਇੱਕ ਤਾਂ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਐਂ ਕਰਦੇ ਨੇ ਬੀਬੀ ਇਹ ਗੱਲ ਨਹੀਂ ਮੰਨਦੇ ਹੈਗੇ ਮੈਂ ਤਾਂ ਬਥੇਰਾ ਜ਼ੋਰ ਲਾ ਲਿਆ ਹੋਰ ਇੱਕ ਦਿਨ ਦੇ ਜਵਾਕ ਦਾ ਕੀ ਮੋਹ ਹੈ ਨਾ ਹਾਂ ਇੱਕ ਦਿਨ ਦਾ ਦੱਸਾਂ ਕੀ ਹੁੰਦਾ ਐਡਾ ਕਦਮ ਚੱਕਿਆ ਤੇਰੀ ਮਨ ਕੀ ਚੱਕਿਆ
देखो वो नर्स है जिहड़ी वह भी अपने घर दी है ठीक है जिन्हों गोद पाउंदे ने वह भी अपने घर दी है चाहे कोई हैगा घर दा चलो ऐ कर लैने कुछ नहीं हुंदा पुत्त ऐ कर लैने आ ताज नूं दे दिंदे ना पुत्त इहनूं क्यों दे दांगे इहनूं तां नहीं दिंदे हैगे ना ना इसे नूं दिंदे आ फिर ना ना पुत्त इहनूं नहीं दिंदे ले इक्को ही गल है कुड़ी इह है कुड़ी उह है ना परमात्मा ही है चल कोई ना कोई ना समझो तीन धीया ने तीन पुत ने जा रानी चाह बना हाँ जी सत श्री अकाल सलाम दाब नमस्कार तुसी जुड़े हो पेंडू विरसा दे नाल हुण वारी है तुहाडी कमेंट करन वालिआं दी गुरमेल सिंह छापा बरनाला जसपाल कौर जैलदार सुखदेव सिंह पिंड नथाणा टरंटो दलजीत कौर खोखर समाध भाई को गीता कोकरी कलां जसदीप सिंह बांदर इंदर सतेंद्र कौर बटाला गुरदासपुर दर्शन चहल बरेटा बलवंत महिमा सबाई जतेंद्र जलंधर तो हरबंस सिंह ते बलवंत कौर मोगे तो गुरनूर हीरो कलां जगदेव सिंह सराय नागा कुलदीप सिंह के एस ओजला कोला नेड़े खन्ना परविंदर कौर बरनाला सोफी दिल्ली मनप्रीत कौर बराड़ जसलीन कौर बराड़ पिंड धूलकोट नेड़े छपार हरमनजोत कौर लखमीरे वाला परमजीत कौर धूलकोट रणशी भुपिंदर कौर सुखी कौर ढिलों अते अंबर ढींडसा शुक्रिया जी मेहरबानी जिहड़ा तुसीं एप्रीशिएट कर रहे हो इसे तरह प्यार बनाई रखियो ते करदे रहो सोहणे सोहणे कमेंट हाँ जी दोस्तों वीडियो नूं लाइक शेयर एंड कमेंट जरूर करो चैनल कर लो सबसक्राइब मिलदे हां जी अगली वीडियो च धन्यवाद।